ਮੈਨੂੰ ਮਿਲਣ ਕਿਉਂ ਨਹੀਂ ਆਈ ਮੈਨੂੰ ਮਿਲਣ ਕਿਉਂ ਨਹੀਂ ਆਇਆ ਅਕਸਰ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਇੱਕ ਦੂਸਰੇ ਨੂੰ ਇਦਾਂ ਕਹਿੰਦੇ ਆ ਤੇ ਮੋਰੇਉ ਜਵਾਬ ਅੱਜ ਕੱਲ ਆਉਂਦਾ ਕੀ ਕਰਾਂ ਟੈਨਸ਼ਨ ਹੀ ਬਹੁਤ ਸੀ ਬਹੁਤ ਬਹੁਤ ਸਵਾਗਤ ਜੀ ਤੁਸੀਂ ਦੇਖ ਰਹੇ ਹੋ ਸੱਜਰੀ ਸਵੇਰ ਦਾ ਖਾਸ ਪ੍ਰੋਗਰਾਮ ਗੱਲਾਂ ਤੇ ਗੀਤ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਬਰुण ਕੌਰ ਮਾਨ ਤੇ ਮੈਂ ਗੱਲ ਦੇਖੋ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੀ ਕਰ ਦਿੱਤੀ ਇਦਾਂ ਕਿਉਂ ਨਹੀਂ ਕੀਤਾ ਟੈਨਸ਼ਨ ਹੀ ਬਹੁਤ ਸੀ ਇਦਾਂ ਕਿਉਂ ਨਹੀਂ ਕੀਤਾ ਟੈਨਸ਼ਨ ਹੀ ਬਹੁਤ ਸੀ ਬਿਜ਼ੀ ਬਹੁਤ ਸੀ ਅਸੀਂ ਸਾਰੇ ਬਿਜ਼ੀ ਵੀ ਆ ਸਾਨੂੰ ਟੈਨਸ਼ਨਾਂ ਵੀ ਆ ਕੀ ਸਾਨੂੰ ਪਤਾ ਵੀ ਹੈ ਕਿ ਸੱਚਮੁੱਚ ਸਾਨੂੰ ਟੈਨਸ਼ਨ ਹੈ ਜਾਂ ਨਹੀਂ ਜਾਂ ਅਸੀਂ ਮੱਲੋ ਮੱਲੀ ਤਣਾ ਦਾ ਸ਼ਿਕਾਰ ਹੋ ਰਹੇ ਹਾਂ ਅਸੀਂ ਇੰਨੇ ਕੁ ਜ਼ਿਆਦਾ ਵੀਜ਼ੀ ਹੋ ਰਹੇ ਹਾਂ ਕਿ ਸਾਡੇ ਕੋਲ ਆਪਣੇ ਆਪ ਲਈ ਵਕਤ ਕੱਢਣ ਦੇ ਲਈ ਵਕਤ ਤੇ ਹੀ ਨਹੀਂ ਰਹਿ ਗਿਆ ਕਾਰਨ ਕੀ ਹੈ ਅੱਜਕਲ ਇੰਨਾ ਤਣਾ ਕਿਉਂ ਹੈ ਤੇ ਇਸ ਦਾ ਨਿਵਾਰਣ ਕੀ ਹੈ ਜਾਨੀ ਕਿ ਇਸ ਦਾ ਹੱਲ ਕੀ ਹੈ ਇਹੀ ਸਾਡਾ ਅੱਜ ਦਾ ਵਿਸ਼ਾ ਹੈ ਜੀ ਗੱਲਾਂ ਤੇ ਗੀਤ ਦਾ ਨਾਂ ਕਾਰਨ ਤੇ ਨਿਵਾਰਣ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਰਜੇਸ਼ ਕੁਮਾਰ ਜੀ ਜਿਹੜੇ ਕੀ ਜਾਣੇ ਜਾਂਦੇ ਨੇ ਮਾਸਟਰ ਜੀ ਦੇ ਨਾਮ ਦੇ ਨਾਲ ਇਹਨਾਂ ਨੇ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਬਹੁਤ ਜ਼ਿਆਦਾ ਲੋਕਾਂ ਨੂੰ ਮੋਟੀਵੇਟ ਕੀਤਾ ਉਤਸ਼ਾਹਿਤ ਕੀਤਾ 네ਗੇਟਿਵਿਟੀ ਲੋਕਾਂ ਦੇ ਅੰਦਰੋਂ ਕੱਢੀ ਇਹਨਾਂ ਦੀ ਖਾਸ ਗੱਲ ਹੈ ਕਿ ਇਹਨਾਂ ਨੂੰ ਸਪਿਰਚੁਅਲ ਮਾਸਟਰ ਵੀ ਕਿਹਾ ਜਾਂਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਲਾਈਫ ਕੋਚ ਹੋ ਸਪਿਰਚੁਅਲ ਮਾਸਟਰ ਹੋ ਕਿੰਨੀ ساری ਦੁਨੀਆ ਨੂੰ ਤੁਸੀਂ ਮੋਟੀਵੇਟ ਕਰ ਚੁੱਕੇ ਹੋ ਕਿ 네ਗੇਟਿਵਿਟੀ ਤੋਂ ਦੂਰ ਹੋ ਜਾਓ ਅੱਜ ਦਾ ਸਾਡਾ ਵਿਸ਼ਾ ਹੈਗਾ ਤਣਾਅ ਤੇ ਡਿਪਰੈਸ਼ਨ ਐਂਗਜ਼ਾਇਟੀ ਟੈਨਸ਼ਨ ਇਹ ਸਾਰਾ ਕੁਝ ਇੱਕ ਹੀ ਹੈ ਮਾਸਟਰ ਜੀ ਕਿ ਵੱਖਰਾ ਵੱਖਰਾ ਆ ਪਹਿਲਾਂ ਇੱਥੋਂ ਸ਼ੁਰੂ ਕਰਦੇ ਆ ਆਪਾਂ ਦੇਖੋ ਸ਼ੁਰੂਆਤ ਜਿਹੜੀ ਹੈ ਅਸੀਂ ਜਿਹਨੂੰ ਟੈਨਸ਼ਨ ਕਹ ਰਹੇ ਹਾਂ ਇਹ ਸ਼ੁਰੂਆਤ ਟੈਨਸ਼ਨ ਹੈ ਹਮ ਸ਼ੁਰੂਆਤ ਟੈਨਸ਼ਨ ਤੋਂ ਹੁੰਦੀ ਹੈ ਯਾਨੀ ਇੱਕ ਬੇਸਿਕ ਬਿਗਨਿੰਗ ਹੈ ਇਹ ਦੋਨੇ ਕਿਸੇ ਦੀ ਸ਼ੁਰੂਆਤ ਹੁੰਦੀ ਹੈ ਬੱਚਾ ਜਨਮ ਲੈਂਦਾ ਫਿਰ ਜਵਾਨ ਹੁੰਦਾ ਫਿਰ ਕਿਤੇ ਬੁੱਢਾ ਹੁੰਦਾ ਤੇ ਫਿਰ ਮੌਤ ਆ ਜਾਂਦੀ ਹੈ ਐਵੇਂ ਅਸੀਂ ਕਹਿ ਸਕਦੇ ਹਾਂ ਕਿ ਜਿੱਦਾਂ ਜਨਮ ਲਿਆ ਟੈਨਸ਼ਨ ਨੇ ਅੱਛਾ ਜੀ ਹੁਣ ਇੱਕ ਬੱਚਾ ਜਨਮ ਲੈਂਦਾ ਕੋਈ ਟੈਨਸ਼ਨ ਹੈ ਉਹਨੂੰ ਕੋਈ ਟੈਨਸ਼ਨ ਨਹੀਂ ਹੈ ਮੌਜ ਹੈ ਕਾਮ ਘਰ ਵਿੱਚ ਹੈ ਨਹੀਂ ਹੈ ਕਮਾਈ ਹੈ ਨਹੀਂ ਹੈ ਘਰ ਦੇ اندر ਕੋਣ ਕੀ ਬੋਲ ਰਿਹਾ ਹੈ ਕੁਝ ਵੀ ਹੋ ਰਿਹਾ ਹੈ ਬੱਚਾ ਤਨਾਅ ਮੁਕਤ ਹੈ ਉਹਨੂੰ ਪਤਾ ਹੀ ਨਹੀਂ ਟੈਨਸ਼ਨ ਹੁੰਦੀ ਕੀ ਹੈ ਹੁਣ ਇਹ ਬੱਚਾ ਵੱਡਾ ਹੋ ਰਿਹਾ ਜੀ ਹੁਣ ਉਹਦੇ ਅੰਦਰ ਸੋਚ ਸ਼ੁਰੂ ਹੋ ਜਾਂਦੀ ਜਿਹੜੀ ਥਾਟਸ ਜਿਹੜੇ ਥਾਟ ਸ਼ੁਰੂ ਹੁੰਦੇ ਨੇ ਉਹਨਾਂ ਥਾਟ ਦੇ ਅੰਦਰ ਕਿਧਰੇ ਕਿਧਰੇ ਜਦੋਂ ਜਦੋਂ ਅੱਗੇ-ਅੱਗੇ ਵੱਧਦਾ ਉਹਨ ਦੀ ਇੱਛਾਵਾਂ ਜਿਹੜੀਆਂ ਆਂਦੀਆਂ ਨੇ ਇੱਛਾ ਪੂਰੀ ਜਦੋਂ ਨਹੀਂ ਹੁੰਦੀ ਕਿਉਂ ਜਦੋਂ ਕੋਈ ਇੱਛਾ ਉਹਨੇ ਕੀਤੀ ਉਹਨੂੰ ਪੂਰੀ ਨਹੀਂ ਹੋ ਰੋਣ ਲੱਗ ਗਿਆ ਬੱਚਾ ਹੈ ਜੀ ਪਰ ਜਿੱਦਾਂ ਜਿੱਦਾਂ ਉਹ ਬੱਚਾ ਰੋਂਦਾ ਹੈ ਮਾਂ ਉਹਦੇ ਯਾਰ ਇੰਨੇ ਅੱਛਾ ਐ ਲੈ ਫਿਰ ਜਿੱਦੇ ਦਾ ਵੱਡਾ ਹੁੰਦਾ ਜਾਂਦਾ ਉਹਦੀ ਉਹ ਸੇਮ ਜਿਹੜੀ ਇੱਛਾ ਹੈ ਉਹ ਜਿਹੜਾ ਰੋਂਦਾ ਸੀਗਾ ਉਹਨੂੰ ਰੋਂਦਾ ਨਹੀਂ ਹੈ ਉਹਨੂੰ ਰੋਣਾ ਹੁੰਦਾ ਬੰਦ ਹੋ ਗਿਆ ਬਿਲਕੁਲ ਪਹਿਲੇ ਰੋਂਦਾ ਸੀ ਮਾਂ ਨੇ ਪੁੱਛਿਆ ਪਿਓ ਆ ਗਿਆ ਚਾਚਾ ਤਾਊ ਆ ਕੇ ਬੈਠੇ ਕੀ ਹੋ ਗਿਆ ਬੇਟਾ ਕੀ ਹੋ ਗਿਆ ਪਰ ਹੁਣ ਜਿਹੜਾ ਰੋਂਦਾ ਤੇ ਉਹ ਰੋਂਦਾ ਨਹੀਂ ਹੈ ਬਿਲਕੁਲ ਔਰ ਉਹ ਸ਼ੇਅਰ ਹੀ ਨਹੀਂ ਕਰ ਰਿਹਾ ਕਿਸੇ ਨੂੰ ਅੰਦਰ ਹੀ ਅੰਦਰ ਉਹ ਰੋ ਅੰਦਰ ਰਿਹਾ ਪਰ ਉਹ ਜਿਹੜਾ ਅੰਦਰ ਰੋਣਾ ਹੈਗਾ ਜਿਹੜਾ ਬਾਹਰ ਰੋਂਦਾ ਸੀ ਤੇ ਚੀਜ਼ ਮਿਲ ਜਾਂਦੀ ਸੀਗੀ ਰਿਲੈਕਸੇ ਆ ਜਾਂਦਾ ਸੀ ਕਦੀ ਮਾਂ ਨੇ ਪਕੜ ਲਿਆ ਕਦੀ ਪਿਓ ਨੇ ਪਕੜ ਲਿਆ ਤੇ ਚਾਚਾ ਬਾਹਰ ਘੁਮਾਨ ਲੈ ਗਿਆ ਕਦੀ ਕੁਛ ਦੇ ਦਿੱਤਾ ਹੁਣ ਉਹ ਬੱਚਾ ਰੋ ਰਿਹਾ ਸੇਮ ਜਿੱਦਾਂ ਰੋਂਦਾ ਸੀ ਪਰ ਹੁਣ ਅੰਦਰ ਰੋ ਰਿਹਾ ਹੁਣ ਉਹ ਸ਼ੇਅਰ ਨਹੀਂ ਕਰ ਰਿਹਾ ਉਸ ਨੂੰ ਤੇ ਜੋ ਸ਼ੇਅਰ ਨਹੀਂ ਕਰ ਰਿਹਾ ਉਹੀ ਉਹ ਜਿਹੜੇ ਥਾਟ ਪ੍ਰੋਸੈਸਿੰਗ ਹੈ ਨਾ ਜਿਹੜੀ ਪਹਿਲੇ ਬਾਹਰ ਰੋਂਗ ਕੇ ਨਿਕਲਦੀ ਸੀ ਉਹ ਥਾਟ ਅੰਦਰ ਚਲਦੇ ਚਲਦੇ ਅਲਟੀਮੇਟਲੀ ਬ੍ਰੇਨ ਜਦੋਂ ਚੱਲਦਾ ਉਹ ਕਲਾਊਡ ਫਾਰਮੇਸ਼ਨ ਸ਼ੁਰੂ ਹੋ ਜਾਂਦੀ ਹੈ ਉਹ ਕਲਾਊਡ ਫਾਰਮੇਸ਼ਨ ਨੂੰ ਕਹਿੰਦੇ ਹਾਂ ਅਸੀਂ ਟੈਨਸ਼ਨ ਕਿ ਮੇਰੀ ਮੇਰੀ ਸੋਲੂਸ਼ਨ ਹੀ ਨਿਕਲ ਰਿਹਾ ਪਹਿਲੇ ਜੀ ਰੋਂਦਾ ਜੀ ਦੁੱਧ ਮਿਲ ਗਿਆ ਖੇਲਣ ਲੈ ਗਏ ਪਰ ਉਹਨੂੰ ਰੋ ਰਿਹਾ ਨਹੀਂ ਹੈ ਰੋ ਰਿਹਾ ਹੈ ਪਰ ਅੰਦਰ ਰੋ ਰਿਹਾ ਹੈ ਤੇ ਕਿਸੇ ਨੂੰ ਸ਼ੇਅਰ ਨਹੀਂ ਕਰ ਰਿਹਾ ਉਹ ਅੰਦਰ ਹੀ ਅੰਦਰ ਕਲਾਊਡ ਫਾਰਮੇਸ਼ਨ ਉਹ ਟੈਨਸ਼ਨ ਸਟਾਰਟ ਹੋ ਗਈ ਥਿਸ ਇਜ਼ ਕਾਲਡ ਟੈਨਸ਼ਨ ਹੁਣ ਇਹ ਜਦੋਂ ਉਹ ਨਹੀਂ ਕਿਸੇ ਨੂੰ ਦੱਸ ਪਾਦਾ ਫਿਰ ਉਹ ਟੈਨਸ਼ਨ ਵੱਧਦੀ ਚਲੀ ਜਾਂਦੀ ਹੈ ਫਿਰ ਇੱਕ ਟੈਨਸ਼ਨ ਹੀ ਦੂਜੀ ਵੀ ਹੈ ਤੀਜੀ ਉਹ ਟੈਨਸ਼ਨ ਅ ਵੱਧਦੇ ਵੱਧਦੇ ਫਿਰ ਉਹ ਐਂਜਾਇਟੀ ਬਣ ਜਾਂਦੀ ਹੈ ਚਿੰਤਾ ਆ ਜਾਂਦੀ ਹੈ ਫਿਰ ਉਹ ਹੀ ਵੱਧ ਜਾਂਦੀ ਹੈ ਡਿਪਰੈਸ਼ਨ ਆ ਗਿਆ ਡਿਪਰੈਸ਼ਨ ਆ ਗਿਆ ਸੋਸਾਇਟੀਲ ਥਾਟਸ ਆ ਗਏ ਉਹ ਆ ਗਏ ਤੇ ਫਿਰ ਐ ਹੀ ਚੱਲ ਰਿਹਾ ਹੁਣ ਮਤਲਬ ਟੈਨਸ਼ਨ ਤੋਂ ਹੀ ਐਂਜਾਇਟੀ ਡਿਪਰੈਸ਼ਨ ਵਾਲਾ ਆਪਾਂ ਜਾਂਦੇ ਹਾਂ ਇਹ ਜਸ ਸਟੇजेस ਬਿਲਕੁਲ ਤੇ ਬਹੁਤ ਵਧੀਆ ਇਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਟੈਨਸ਼ਨ ਕੀ ਹੁੰਦੀ ਹੈ ਜਦੋਂ ਦਿਮਾਗ ਦੇ ਵਿੱਚ ਕੋਈ ਚੀਜ਼ ਆਈ ਜਾਣੀ ਪਰ ਹਰ ਕਿਸੇ ਦੇ ਦਿਲ 'ਚ ਨਾ ਇੱਕ ਗੱਲ ਆਉਂਦੀ ਹੈ ਕਿ ਮੈਨੂੰ ਹੀ ਟੈਨਸ਼ਨ ਆ ਖਰੇ ਮੈਂ ਹੀ ਦੁਖੀ ਆ ਜਿਹਨੂੰ ਮਰਜ਼ੀ ਫੋਨ ਕਰ ਲੋ ਅਨਨੋਨ ਬੰਦੇ ਨੂੰ ਤਾਂ ਆਪਾਂ ਕਹਦੇ ਦਾ ਬਹੁਤ ਵਧੀਆ ਉਹ ਤਾਂ ਆਪਣੇ ਪੰਜਾਬੀਆਂ ਦਾ ਸੁਭਾਅ ਆ ਸਾਡੇ ਇੰਡੀਅਨਸ ਦਾ ਸੁਭਾਅ ਆ ਕੀ ਹਾਲ ਆ ਬਹੁਤ ਵਧੀਆ ਪਰ ਥੋੜੀ देर ਉਹਨਾਂ ਕੋਲ ਬੈਠੋ ਫਿਰ ਪਤਾ ਲੱਗਦਾ ਉਹਨਾਂ ਨੂੰ ਕੀ ਦੁੱਖ ਨੇ ਇਹ ਇੱਕ ਦੋ ਬੰਦਿਆਂ ਨਾਲ ਹੀ ਇਦਾਂ ਹੁੰਦਾ ਜਾਂ ਸਾਰੀ ਦੁਨੀਆ ਨੂੰ ਹੀ ਇੰਨੀ ਟੈਨਸ਼ਨ ਦੁਨੀਆ ਨੂੰ ਹੀ ਟੈਨਸ਼ਨ ਆ ਮੇਰੇ ਤੇ 16 ਸਾਲ ਦਾ ਅਨੁਭਵ ਆ 16 ਸਾਲ ਪਹਿਲੇ ਕਿਉਂਕਿ ਇਹ ਐਕਸਪੀਰੀਅੰਸ ਹੋਇਆ ਅਨੁਭਵ ਹੋਇਆ ਜਦੋਂ ਮੈਨੂੰ ਕਿ ਭਾਈ ਟੈਨਸ਼ਨ ਖੁਦ ਹੀ ਮੇਰੀ ਮਨ ਦੀ ਕ੍ਰੀਏਸ਼ਨ ਹੋਈ ਸੀ ਮੈਂ ਖਾਮੂ ਕਰ ਰੋਏ ਜਾ ਰਿਹਾ ਅੰਦਰ ਤੇ ਜਦੋਂ ਸਮਝ ਆਈ ਤੇ ਫਿਰ ਵਾਇਡੋ ਸਮਝ ਆਇਆ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਦੁਖੀਆ ਸਕਲ ਸੰਸਾਰ ਨਾਨਕ ਦੁਖੀਆ ਸਭ ਦੁਖੀਆ ਸਕਲ ਸੰਸਾਰ ਕੋਈ ਉਹ ਸੁਖੀਆ ਜਿੰਨਾ ਨਾਮ ਹੈ ਦਾ ਤੇ ਉਹ ਲਾਈਨ ਫਿਰ ਸਮਝ ਆਈ ਹਾਲਾਂਕਿ ਪੂਜਾ ਪਾਠ ਕਰੇ ਨਹੀਂ ਸਹੀ ਨਾ ਪਰ ਸਮਝ ਨਹੀਂ ਆਈ ਸੀ ਇਹ ਲਾਈਨ ਤੋ ਕਿ ਇਹ ਖੁਦ ਹੀ ਕ੍ਰੀਏਟ ਕਰ ਲਿਆ ਸੀ ਖੁਦ ਹੀ ਅੰਦਰੋਂ ਪੈਦਾ ਕਰ ਲਈ ਕਿਉਂਕਿ ਉਹ ਰੋਣਾ ਜਿਹੜਾ ਅੰਦਰ ਸੀ ਨਾ ਉਹ ਸ਼ੇਅਰ ਨਹੀਂ ਕੀਤਾ ਦੇਖਾ ਸ਼ੇਅਰ ਕੀਤਾ ਵੀ ਗਲਤ ਜਗ੍ਹਾ ਕਰਤਾ ਤੇ ਜਦੋਂ ਗਲਤ ਜਗ੍ਹਾ ਸ਼ੇਅਰ ਕੀਤਾ ਉਹਨੇ ਕਹਿੰਦਾ ਲੈ ਫਿਰ ਦੋ ਪੈਗ ਪੀ ਲੈ ਚਿੰਤਾ ਖਤਮ ਜਿਤਕੀ ਬਹੁਤ ਮਾੜੀ ਗੱਲ ਹਾਂ ਵਾੜੀ ਗੱਲ ਹੈ ਉਹਨੂੰ ਪੈਗ ਜਿਹੜੇ ਆ ਉਹਨਾਂ ਨੇ ਅਸਰ ਸਹੀ ਨਹੀਂ ਕੀਤਾ ਤੇ ਕਹਿੰਦਾ ਲੈ ਨਾ ਤੇ ਤੁਹਾਡੀ ਡਰੱਗਸ ਆ ਗਈਆਂ ਐਈਓ ਚੱਲ ਰਿਆ ਸੀ ਨਾ ਤੇ ਐ ਸ਼ੁਕਰ ਹੈ ਉਸ ਸਮੇਂ ਨਾਲ ਪਤਾ ਲੱਗ ਗਿਆ ਤੇ ਚੀਜ਼ਾਂ ਅੱਗੇ-ਅੱਗੇ ਨਹੀਂ ਵਧੀਆਂ ਤੇ ਇਸ ਲਈ ਜਿਹੜੀ ਚੀਜ਼ ਹੈ ਕਿ ਆਪਣੇ ਨੂੰ ਖੁਦ ਨੂੰ ਅਸੀਂ ਸਮਝਣਾ ਹੈਗਾ ਸਮਝਣਾ ਖੁਦ ਨੂੰ ਸਮਝਣਾ ਕਿ ਅਸੀਂ ਇਹ ਇੰਸਟਰੂਮੈਂਟ ਹੈ ਨਾ ਇਹ ਸਰੀਰ ਜਿਹੜਾ ਰੱਬ ਨੇ ਦਿੱਤਾ ਹੈ ਰੱਬ ਨੇ ਬਣਾਇਆ ਨਾ ਤੇ ਇਹ ਸਰੀਰ ਦੇ ਅੰਦਰ ਹਰ 파ਟ ਰੱਬ ਨੇ ਬਣਾਇਆ ਇਹ ਦਿਮਾਗ ਵੀ ਸਾਨੂੰ ਉਹਨੇ ਰੱਬ ਨੇ ਹੀ ਦਿੱਤਾ ਤੇ ਇਹਨੂੰ ਇੰਸਟਰੂਮੈਂਟ ਦਾ ਇਸ ਦਾ ਸਾਨੂੰ ਗਿਆਨ ਨਹੀਂ ਜ਼ਿੰਦਗੀ ਦਾ ਹੋਇਆ ਤੇ ਜਿਹੜੇ ਗੁਰੂ ਸਾਹਿਬ ਹੈ ਜਪਜੀ ਸਾਹਿਬ ਸਾਰਾ ਗਿਆਨ ਹੀ ਦੇ ਰਹੇ ਬਿਜਾੜਾ ਨਹੀਂ ਸੋਚੋ ਭੁਕੀ ਇੰਨੀ ਕਿਉਂ ਵਧਾ ਰਹੇ ਹੋ ਆਪਣੇ ਨੂੰ ਛਾਣਾ ਕਹਿੰਦੇ ਉਹ ਚੀਜ਼ਾਂ ਨੂੰ ਸਮਝ ਆਈਆਂ ਤੇ ਫਿਰ ਕੀ ਉਹ ਜਿਹੜਾ ਸ਼ਬਦ ਟੈਨਸ਼ਨ ਹੈ ਉਹ ਜਿਹੜਾ ਐਂਜਾਇਟੀ ਬਣੀ ਆ ਸੀ ਡਿਪਰੈਸ਼ਨ ਦੀ ਤੇ ਉਹ ਜਾ ਰਿਹਾ ਜੋ ਆਪਣੇ ਆਪ ਵਗਰਾ ਪੱਲੇ ਆਣ ਲੱਗ ਗਿਆ ਔਰ ਉਹ ਫਿਰ ਸ਼ਾਂਤੀ ਹੋ ਗਈ ਮौज ਹੋ ਗਈ ਹੁਣ ਪਤਾ ਹੀ ਨਹੀਂ ਬਾਹਰ ਦਾ ਖੇਲ ਹੈਗਾ ਤੇ ਸਭ ਪਤਾ ਲੱਗਿਆ ਜੀਵਨ ਦਾ ਤੇ ਮौज-ਮौज ਹੋ ਗਈ ਹੈ ਬਿਲਕੁਲ ਇੱਕ ਗੱਲ ਦਿਮਾਗ ਚ ਆਉਂਦੀ ਆ ਅਸੀਂ ਘਰਾਂ ਦੇ ਵਿੱਚ ਇੱਕ ਚੀਜ਼ ਸੋਚੀਦੀ ਆ ਕਿ ਫਲਾਨੀ ਚੀਜ਼ ਘਰ ਚ ਲੈ ਆਈਏ ਆਪਾਂ ਸੁਖੀ ਹੋ ਜਾਾਂਗੇ ਆਪਾਂ ਦਿਨ ਰਾਤ ਕਮਾ ਰਹੇ ਆ ਆ ਵੀ ਲੈ ਆਈਏ ਥੋੜਾ ਸੁੱਖ ਆਜੂ ਆ ਵੀ ਸੁੱਖ ਆਜੂ ਚੀਜ਼ਾਂ ਆ ਰਹੀਆਂ ਘਰਾਂ 'ਚ ਜੋ ਆਉਣੀਆਂ ਵੀ ਜ਼ਰੂਰੀ ਆ ਜਿਹਦੇ ਬਿਨਾ ਸੰਸਾਰ ਨਹੀਂ ਚੱਲਦਾ ਆਪਾਂ ਐਵੇਂ ਕੀ ਕਹੇ ਕੁਝ ਚਾਹੀਦਾ ਨਹੀਂ ਸਾਰਾ ਕੁਝ ਚਾਹੀਦਾ ਜ਼ਿੰਦਗੀ 'ਚ ਪਰ ਸਾਰਾ ਕੁਝ ਹੋ ਗਿਆ ਸੁੱਖ ਸੁਵਿਧਾਵਾਂ ਸਾਡੇ ਕੋਲ ਆ ਗਈਆਂ ਇਹ ਟੈਨਸ਼ਨ ਕਿਉਂ ਵੱਧ ਗਈ ਇੰਨੀਆਂ ਸਹੂਲਤਾਂ ਨਾਲ ਵੀ ਹਾਂ ਦੇਖੋ ਬਾਹਰ ਦਾ ਇੰਨਾ ਵਿਕਾਸ ਹੋ ਗਿਆ ਅਗਰ 30 40 40 ਸਾਲ ਪਹਿਲੇ ਜਾਈਏ ਨਾ ਮੋਬਾਈਲ ਨਾ ਕੰਪਿਊਟਰ ਲਾਈਫ ਦੇ ਅੰਦਰ ਇੰਨਾ ਵਿਕਾਸ ਆ ਗਿਆ ਪਲੇਨ ਸਿਰਫ ਇੱਕ ਖੁਆਬ ਹੁੰਦਾ ਸੀ ਪਲੇਨ ਵੀ ਜਾਏ ਕੋਈ ਕੋਈ ਉੱਡ ਸਕਦਾ ਸੀ ਸੋਚ ਨਹੀਂ ਸੀ ਸਕਦੇ ਤੇ ਅੱਜ ਅੱਜ ਸਾਰੇ ਕੁਝ ਮਿਲ ਗਿਆ ਉਹਦੇ ਬਾਅਦ ਵੀ ਦੁੱਖ ਕారణੇ ਕੀ ਹੈ ਫਿਰ ਉਹ ਹੀ ਗੱਲ ਹੈ ਪਿਆਰ ਖੋ ਗਿਆ ਪਿਆਰ ਖੋ ਗਿਆ ਸ਼ੇਅਰ ਕਰਨਾ ਚਾਹੁੰਦਾ ਹੈ ਕੋਈ ਪਰ ਸ਼ੇਅਰ ਕਿਨੂੰ ਕਰੇ ਉਹ ਇੱਛਾਵਾਂ ਵਧੀਆਂ ਤੇ ਅਸੀਂ ਬਾਹਰ ਹੀ ਬਾਹਰ ਦੌੜਨ ਲੱਗੇ ਕਿ ਹਰ ਕਮਰੇ 'ਚ ਟੀਵੀ ਹੋਣਾ ਚਾਹੀਦਾ ਹੈ ਗੱਡੀ ਇੱਕ ਨਹੀਂ ਦੋ ਹੋਣ ਤਿੰਨ ਹੋਣ ਤੇ ਬਾਹਰ ਦੀ ਦੌੜ ਭਾਗ ਦੇ ਅੰਦਰ ਨਾ ਆਪਸ ਦੇ ਅੰਦਰ ਮਿਲਣਾ ਛੱਡ ਗਏ ਆਪੇ ਜਿਹੜਾ ਮਿਲਾਨ ਖਤਮ ਹੋ ਗਿਆ ਨਾ ਤੇ ਉਹ ਸ਼ੇਅਰ ਜਿਹੜਾ ਅੰਦਰ ਕਰਨੀ ਸੀ ਟੈਨਸ਼ਨ ਉਹ ਨਹੀਂ ਕਰ ਪਾਇਆ ਉਰ ਉਹਦੇ ਚੱਕਰ ਕੀ ਇਹ ਪਿਆਰ ਖਤਮ ਹੋ ਗਿਆ ਕੋਈ ਪੁੱਛ ਹੀ ਨਹੀਂ ਰਿਹਾ ਸ਼ੇਅਰ ਹੀ ਨਹੀਂ ਕਰ ਰਿਹਾ ਸਭ ਦੌੜਨੇ ਨੇ ਬਾਹਰ ਸੰਸਾਰ ਵਿੱਚ ਤੇ ਉਸ ਦੇ ਅੰਦਰ ਵਿਕਾਸ ਤੇ ਮਿਲ ਗਿਆ ਗੱਡੀਆਂ ਤੇ ਮਿਲ ਗਈ ਟੀਵੀ ਤੇ ਹਰ ਕਮਰੇ ਵਿੱਚ ਮਿਲ ਗਿਆ ਪਰ ਮौज ਨਹੀਂ ਮਿਲੀ ਕਿਉਂ ਪਿਆਰ ਨਹੀਂ ਰਿਹਾ ਇੱਕ ਦੂਜੇ ਤੋਂ ਕੰਪੀਟੀਸ਼ਨ ਸ਼ੁਰੂ ਹੋ ਗਿਆ ਅਰੇ ਇਹਦਾ ਇੰਨਾ ਵੱਡਾ ਘਰ ਮੇਰੇ ਕੋਲ ਘਰ ਨਹੀਂ ਹੈ ਅਰੇ ਇਹਦਾ ਬੱਚਾ ਅਮਰੀਕਾ ਚਲਾ ਗਿਆ ਮੇਰਾ ਬੱਚਾ ਨਹੀਂ ਗਿਆ ਆਪਸ ਹੀ ਜੈਲਸੀ ਆ ਗਈ ਪਿਆਰ ਨਹੀਂ ਰਿਹਾ ਇਹ ਪਿਆਰ ਖਤਮ ਹੋ ਰਿਹਾ ਹੈ ਜਿਸ ਦੇ ਕਾਰਨ ਸ਼ੇਅਰ ਨਹੀਂ ਕਰ ਪਾ ਰਹੇ ਆਪਣੇ ਦੁੱਖ ਨੂੰ ਬਾਹਰ ਦੌੜ ਰਹੇ ਆ ਤੇ ਉਹ ਫਿਰ ਗਲਤ ਸਾਰੀ ਜਿਹੜੀ ਆ ਸ਼ਰਾਬਾਂ ਡਰੱਗਸ ਇਹਨਾਂ ਚੀਜ਼ਾਂ ਵਿੱਚ ਸਾਰੇ ਜਾ ਰਹੇ ਐ ਬੜਾ ਕਾਰਨ ਬਣ ਗਿਆ ਬਿਲਕੁਲ ਕਈ ਵਾਰੀ ਦੇਖੀਦਾ ਆਪਾਂ ਰਾਹ ਦੇ ਵਿੱਚ ਨਾ ਕੋਈ ਗਰੀਬ ਮਨੁੱਖ ਜਾਂਦਾ ਹੁੰਦਾ ਤੇ ਉਹਨੂੰ ਪੁੱਛੋ ਕਿੱਦਾਂ ਫਿਰ ਵੀ ਉਹਦੇ ਚਿਹਰੇ ਤੇ ਇੰਨੀਆਂ ਮੱਥੇ ਤੇ ਤਿਉੜੀਆਂ ਨਹੀਂ ਹੁੰਦੀਆਂ ਉਹ ਰਾਜ ਖੁਸ਼ੀ ਰੱਬ ਦੀ ਰਜ਼ਾ ਦੇ ਵਿੱਚ ਤੇ ਬਹੁਤ ਵਾਰੀਆਂ ਵੱਡੀਆਂ ਗੱਡੀਆਂ ਚ ਵੀ ਕਈ ਵਾਰੀ ਟੈਨਸ਼ਨ ਆਪਾਂ ਦੇਖਦੇ ਆਂ ਸ਼ਾਇਦ ਜਿੱਦਾ ਤੁਸੀਂ ਕਿਹਾ ਕਿ ਉਹ ਪਿਆਰ ਖਤਮ ਹੋ ਗਿਆ ਪਰ ਇੱਕ ਚੀਜ਼ ਆ ਗਈ ਉਹ ਹੈ ਸਾਡੇ ਹੱਥਾਂ 'ਚ ਮੋਬਾਈਲ ਤੁਹਾਡੇ ਜਵਾਬ ਦੇ ਵਿੱਚ ਵੀ ਫੋਨ ਦੀ ਗੱਲ ਹੋਈ ਹੈ ਜਦੋਂ ਦਾ ਫੋਨ ਸਾਡੇ ਕੋਲ ਆਇਆ ਸਾਡੇ ਲੱਗੇ ਬੜਾ ਕੁਝ ਆਉਣ ਲੱਗਿਆ ਅਸੀਂ ਬੜੀਆਂ ਚੀਜ਼ਾਂ ਦੇ ਕਰੀਬ ਹੋਣ ਲੱਗੇ ਪਰ ਕੀ ਫੋਨ ਵੀ ਸਾਡੇ ਤਣਾ ਦਾ ਕਾਰਨ ਹੋਣ ਲੱਗਿਆ ਡੈਫੀਨਟਲੀ ਦੇਖੋ ਪਹਿਲੇ ਅਸੀਂ ਖਾਲੀ ਬੈਠੇ ਆ ਗਿਆਂ ਕਹਿੰਦੇ ਆ ਬੋਰ ਹੋ ਰਹੇ ਆ ਉਹ ਕਿੱਦਿਆਂ ਭਾਈ ਚੱਲ ਮਿਲਿਏ ਇੱਕ ਦੋ ਜਿਹੇ ਰਿਸ਼ਤੇਦਾਰ ਚਾਚੇ ਤਾਉਾਂ ਕੋਲ ਜਾਣਾ ਮਾਸਦੀਆਂ ਕੋਲ ਜਾਣਾ ਦੋਸਤਾਂ ਕੋਲ ਜਾਣਾ ਕੱਲੇ ਨਹੀਂ ਬੈਠਾ ਜਾਂਦਾ ਸੋਸ਼ਲ ਹੈ ਨਾ ਸਮਾਜਿਕ ਹੈ ਮਾਇਆ ਕੀ ਹੈ ਰੱਬ ਨੇ ਜਿਹੜੀ ਬਣਾਈ ਹੈ ਇੱਕ ਦੋ ਜਨ ਨੂੰ ਮਿਲਣ ਲਈ ਅੱਛਾ ਜੀ ਹੁਣ ਇੱਕ ਦੋ ਜਨ ਨੂੰ ਮਿਲਦੇ ਸੀਗੇ ਕੱਲ ਨਾ ਨਹੀਂ ਬੈਠ ਸਕਦੇ ਤੇ ਗੱਲਾਂ ਬਾਤਾਂ ਹੁੰਦੀਆਂ ਸੀ ਤੇ ਗੱਲਾਂ ਬਾਤਾਂ ਕਹਿੰਦੇ ਨਾਲ ਇੱਕ ਜ਼ਿੰਦਗੀ ਨਾਲ ਹੋ ਰਹੀ ਹੈ ਜ਼ਿੰਦਗੀ ਹੈ ਨਾ ਸਾਹਮਣੇ ਆਪਸ ਹੀ ਐਕਸਚੇਂਜ ਹੋ ਰਹੀ ਹੈ ਕੰਪਨ ਹੋ ਰਿਹਾ ਹੁਣ ਜਿਹੜਾ ਉਹ ਆਪਸ ਹੀ ਗਿਆ ਨਹੀਂ ਸਭ ਦੌੜ ਭਾਗ ਹੋ ਗਈ ਤੇ ਹੁਣ ਇਹ ਮੋਬਾਈਲ ਮੋਬਾਈਲ ਨੌਨ ਲਿਵਿੰਗ ਹੈ ਜਿੰਦਾ ਨਹੀਂ ਹੈ ਨਾ ਤੇ ਤੁਸੀਂ ਦੇ ਰਹੇ ਹੋ ਉਹਨੂੰ ਉਹ ਲੈ ਰਿਹਾ ਤੁਹਾਨੂੰ ਦੇਖ ਕੁਛ ਨਹੀਂ ਰਿਹਾ ਫਿਰ ਉਹਦੇ ਅੰਦਰ ਫਰੈਂਡ ਬਣ ਰਹੇ ਨੇ ਉਹਦੇ ਅੰਦਰ ਰਿਲੇਸ਼ਨ ਪੈਦਾ ਹੋ ਰਹੇ ਨੇ ਤੇ ਹੁਣ ਉਹ ਤੇ ਨੌਨ ਲਿਵਿੰਗ ਹੈ ਨਾ ਤੇ ਨੌਨ ਲਿਵਿੰਗ ਉਹਨਾਂ ਨੇ ਨਜ਼ਦੀਕ ਦੋਸਤ ਬਣਾ ਲਿਆ ਰਿਸ਼ਤੇਦਾਰ ਬਣਾ ਲਿਆ ਲਿਵਿੰਗ ਵਾਲੇ ਚਲੇ ਗਏ ਦੂਰ ਲਿਵਿੰਗ ਵੀ ਸਾਰੇ ਦੌੜ ਗਏ ਤੇ ਅਸਲੀ ਮੋਬਾਈਲ ਡੈਫੀਨੇਟਲੀ ਇਦਾਂ ਨੇ ਆ ਕਿਦਰੇ ਬਹੁਤ ਵੱਡਾ ਕਾਰਨ ਹੈ ਟੈਨਸ਼ਨ ਦਾ ਲਿਵਿੰਗ ਟੂ ਨੋਨ ਲਿਵਿੰਗ ਹੋ ਗਿਆ ਦੋਸਤ ਜਿਹੜਾ ਹੈ ਲਿਵਿੰਗ ਹੀ ਚਾਹੀਦਾ ਬਿਲਕੁਲ ਅਸੀਂ ਫੋਨ ਦੇ ਜ਼ਰੀਏ ਇਦਾਂ ਹੋ ਗਿਆ ਕਿ ਸਿਰਫ ਉਹਨੂੰ ਆਪਣੀ ਸੁਣਾਈ ਜਾਣੀ ਤੇ ਜੇ ਸਾਨੂੰ ਕੋਈ ਕੁਝ ਮੋਰਿਓ ਕਹਿ ਵੀ ਦਿੰਦਾ ਉਹਨਾਂ ਲੜਨ ਲੱਗ ਜਾਣਾ ਤੂੰ ਕਿਦਾਂ ਕਹਿ ਦਿੱਤਾ ਮਤਲਬ ਆਪਸ ਆਦਾਨ ਪ੍ਰਦਾਨ ਗੱਲਾਂ ਦਾ ਮੁੱਕ ਗਿਆ ਉਹ ਸਿਰਫ ਅਸੀਂ ਆਪਣਾ ਹੀ ਸੁਣਾਈ ਜਾ ਰਹੇ ਫੋਨ ਨੂੰ ਤੇ ਦੇਖ ਵੀ ਹੋ ਰਿਹਾ ਜੋ ਜੀ ਕਰਦਾ ਉਹ ਮੋਰਿਓ ਕੋਈ ਸਲਾਹ ਵੀ ਨਹੀਂ ਦੇ ਰਿਹਾ ਇੱਥੇ ਆ ਨਾ ਦੇਖੋ ਤੇ ਇੱਥੇ ਉਹਨਾਂ ਦੇਖੋ ਹੁਣ ਇੱਕ ਗੱਲ ਇਹ ਆਉਂਦੀ ਹੈ ਕਿ ਜਿਹੜਾ ਫੋਨ ਦਾ ਤੜਾ ਸਾਡੇ ਅੰਦਰ ਪੈਦਾ ਹੋ ਰਿਹਾ ਆ ਇਹ ਦਿਨ ਆਪਾਂ ਦੇਖਦੇ ਹਾਂ ਕਮੈਂਟਾਂ 'ਚ ਹੀ ਲੜੀ ਜਾਂਦੇ ਕੋਈ ਸਿਰ ਮੂਹੀ ਨਹੀਂ ਲੜਾਈ ਦਾ ਜਿਹੜੀ ਕਮੈਂਟਾਂ 'ਚ ਹੋਈ ਜਾਂਦੀ ਹੈ ਕਿੰਨਾ ਮਾਨਸਿਕ ਸਾਡਾ ਤਣਾਅ ਵਧ ਹੀ ਜਾਂਦਾ ਆ ਪਰ ਇਸ ਤਣਾਅ ਤੋਂ ਦੂਰ ਕਿੱਦਾਂ ਹੋਇਆ ਜਾਏ ਦੇਖੋ ਹਰ ਚੀਜ਼ ਦੀ ਇੱਕ ਲਿਮਿਟੇਸ਼ਨ ਹੈ ਦੋਸਤੀ ਯਾਰੀ ਵੀ ਮਿਲਦੇ ਸੀ ਰਿਸ਼ਤੇਦਾਰਾਂ ਨੂੰ ਮਿਲਦੇ ਆ ਅਸੀਂ ਕਿਸੇ ਨੂੰ ਗਏ ਮਿਲਣ ਕਿੰਨੀ ਦੇਰ ਬੈਠਦੇ ਆ ਅੱਧਾ ਘੰਟਾ ਬੈਠੇ ਅੱਛਾ ਹੀ ਚੱਲੀਏ ਚੱਲੀਏ ਖੁਸ਼ ਹੋ ਗਿਆ ਮौज ਆ ਗਈ ਹੈਨਾ ਕਿਧਰ ਰੋਟੀ ਖਾਣ ਗਏ ਆ ਜਾਂ ਕੁਝ ਕਾਫੀ ਚਲੋ ਜੀ ਕਾਫੀ ਡੇ ਗਏ ਅਸੀਂ ਕਿੰਨੀ ਦੇਰ ਬੈਠਦੇ ਆ ਅੱਛਾ ਜੀ ਬਾਏ ਬਾਏ ਇਹਨੂੰ ਹੀ ਬਾਏ ਬਾਏ ਥੋੜਾ ਦਿਓ ਇਹਨੂੰ ਹੀ ਟਾਈਮ ਸਪੇਸ ਦਿਓ ਟਾਈਮ ਸਪੇਸ ਦਿਓ ਟਾਈਮ ਟੇਬਲ ਹੁੰਦਾ ਨਾ ਉਸੇ ਸਾਲੋਂ ਟਾਈਮ ਟੇਬਲ ਜ਼ਰੂਰੀ ਹੈ ਬਿਲਕੁਲ ਭਾਈ ਹੁਣ ਇੱਕ ਔਰ ਫਿਰ ਮੇਰੀ ਰਿਕੁਆਇਰਮੈਂਟ ਕਿ ਅੱਜ ਦੇਖੋ ਯੁੱਥ ਹੈਗਾ ਸਟੂਡੈਂਟ ਹੈ ਸਟੂਡੈਂਟ ਨੂੰ ਕਿੰਨਾ ਕਰਨਾ ਹੈ ਉਹਨੂੰ ਆਪਣੇ ਰਿਫਰੈਸ਼ਿੰਗ ਲਈ ਕੋਲੇ ਪ੍ਰੋਗਰਾਮ ਚਾਹੀਦੇ ਜੀ ਉਹਨੂੰ ਉਸ ਸਾਰੀ ਨੌਲੇਜ ਲੈ ਰਿਹਾ ਹਰੇਕ ਨੂੰ ਦੇਖੋ ਲਾਈਕ 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 ਲਗਾ ਤੇ ਉਹ ਕਨਸਰਨ ਨਹੀਂ ਆਉਂਦਾ ਸਬਜੈਕਟ ਦਾ ਤੇ ਵੀ ਆਰ ਗੋਇੰਗ ਟੂ ਅਲਗ-ਅਲਗ ਸਬਜੈਕਟ ਦੇ ਉੱਪਰ ਜਾ ਰਹੇ ਹਾਂ ਜੀ ਤੇ ਉਹ ਜਿਹੜਾ ਅਲਗ-ਅਲਗ ਸਬਜੈਕਟ ਹੈ ਜਿਹੜਾ ਮੇਰੇ ਕੰਮ ਦਾ ਹੀ ਨਹੀਂ ਹੈ ਜੀ ਅੱਜ ਬੱਚੇ ਰਿਲੇਸ਼ਨਸ਼ਿਪ ਉਹ ਰਿਲੇਸ਼ਨ ਮੇਰਾ ਰਿਲੇਸ਼ਨ ਟੁੱਟ ਗਿਆ ਮੈਂ ਤੇ ਹਜ਼ਾਰਾਂ ਲੱਖਾਂ ਨੂੰ ਮਿਲਿਆ ਨਾ 1 ਟੂ 1 ਤੇ ਰਿਲੇਸ਼ਨਸ਼ਿਪ ਟੁੱਟ ਗਿਆ ਮੈਂ ਨਾ ਭਈ ਸ਼ਾਦੀ ਕਰਨੀ ਹੈ ਕੱਲ ਰਿਲੇਸ਼ਨਸ਼ਿਪ ਟੁੱਟ ਗਿਆ ਅਰੇ ਫਰੈਂਡਸ਼ਿਪ ਆਏ ਦੋਸਤ ਨਾਲ ਗੱਲ ਕਰੀਏ ਤੁਸੀਂ ਅੱਗੇ ਬਦੋ ਸਕੂਲਾਂ ਦੇ ਅੰਦਰ ਕਹਿੰਦੇ ਰਿਲੇਸ਼ਨਸ਼ 14 15 ਸਾਲ ਦਾ ਬੱਚਾ ਹੈ ਨਾ ਮੇਰੇ ਰਿਲੇਸ਼ਨ ਉਹ ਡਿਸਟਰਬ ਹੋਇਆ ਪਿਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਨਾ ਤੇ ਉਹ ਰਿਲੇਸ਼ਨਸ਼ਿਪ ਮਜ਼ਮਦੇ ਮੈਚ ਚਲ ਕੋਈ ਤੁਸੀਂ ਥੋੜੀ ਦੁਲਨ ਬਣਨਾ ਹੈ ਇਹ ਦੁਲਾ ਬਣਨਾ ਹੈਗਾ ਤੇ ਸਭ ਜਿਹੜੀ ਚੀਜ਼ਾਂ ਨੇ ਇਹ ਟਾਈਮ ਸਪੇਸ ਜ਼ਰੂਰੀ ਹੈਗਾ ਹਰ ਚੀਜ਼ ਲਈ ਉਹਨਾਂ ਦੇ ਅੰਦਰ ਮਟੀਰੀਅਲ ਜਿਹੜਾ ਆ ਰਿਹਾ ਹੈਗਾ ਉਹ ਸਾਨੂੰ ਕਿਧਰੇ ਨਾ ਕਿਧਰੇ ਸੈਟਅਪ ਇਹਨਾਂ ਰੱਖਦਾ ਕਿ ਭਈ ਐ ਹੀ ਲੋਡ ਹੈਗੀ ਹੈ ਜੇ ਇੰਨੇ ਵਾਸ ਨੂੰ ਕਿਵੇਂ ਕੰਟੋਗੇ ਬੱਚੇ ਆਪਣੀ ਫੀਲਡ ਦੀ ਚੀਜ਼ਾਂ ਦੇਖਣ ਰਿਫਰੈਸ਼ਿੰਗ ਹੋਏ ਪਹਿਲੇ ਹੁੰਦਾ ਸੀ ਨਾ ਲਿਮਿਟਡ ਕਿ ਗੇਰਾ ਲੋਡੋ ਖੇਲ ਰਿਹਾ ਤੇ ਕਿਹਦੇ ਨਾਲ ਇੱਕ ਗੇਮ ਖੇਲ ਰਿਹਾ ਕੈਰਮ ਬੋਰਡ ਖੇਲ ਰਿਹਾ ਹੈ ਫੁੱਟਬਾਲ ਖੇਲ ਰਿਹਾ ਸੀ ਕੈਰਮ ਬੋਰਡ ਲੈ ਕੇ ਆਉਣੇ ਸੱਚੀ ਦੀਆਂ ਲੁੱਡੂ ਲੈ ਕੇ ਆਉਣੀਆਂ ਆਪਾਂ ਖੇਡਦੇ ਰਹਿੰਦੇ ਫਰੈਂਡਸ ਵੀ 2 4 10 ਨਾਲ ਗੱਲ ਮਿਲਦੇ ਸੀ ਹੁਣ ਤੇ ਪਤਾ ਨਹੀਂ ਕਿਤਨਾ ਮਲਟੀਪਲ ਆ ਗਿਆ ਤੇ ਮਾਈਂਡ ਵੀ ਨੈਚਰਲੀ ਓਵਰ ਥਿੰਕਿੰਗ ਜਾ ਰਿਹਾ ਹੈ ਕਲਾਸ ਵੱਧਦੀ ਜਾ ਰਹੀ ਹੈ ਮੋਬਾਈਲ ਨੂੰ ਟਾਈਮਸ ਪੇ ਜ਼ਰੂਰੀ ਹਰ ਘਰ ਚ ਮੈਨੂੰ ਯਾਦ ਆ ਜਦੋਂ ਮੈਂ ਬਹੁਤ ਜ਼ਿਆਦਾ ਛੋਟੀ ਜਿਹੀ ਤੀਜੀ ਚੌਥੀ ਝੋਵਾਂਗੇ 3rd 4th ਕਲਾਸ ਜਦੋਂ ਬੈਡਮਿੰਟਨ ਆਮ ਹੁੰਦੇ ਸੀ ਘਰਾਂ ਚ ਟੰਗੇ ਹੋਏ ਕੰਪਿਊਟਰ ਤੇ ਬੈਠਣ ਲੱਗਿਆਂ ਘਰ ਦੀ ਘਰਦਿਆਂ ਦੀ ਪਰਮਿਸ਼ਨ ਲੈਣੀ ਪੈਂਦੀ ਸੀ ਘਰਦਿਆਂ ਨੇ ਟਾਈਮ ਬੰਨਿਆ ਹੁੰਦਾ ਸੀਗਾ ਕਿ ਤੁਸੀਂ ਸਿਰਫ ਇੰਨੀ ਦੇਰ ਹੀ ਕੰਪਿਊਟਰ ਤੇ ਬੈਠ ਸਕਦੇ ਹੋ ਇੰਨੀ ਦੇਰ ਹੀ ਟੀਵੀ ਦੇ ਉੱਤੇ ਬੈਠ ਸਕਦੇ ਹੋ ਪਰ ਜਦੋਂ ਅਸੀਂ ਟੈਨਸ਼ਨ ਦੀ ਗੱਲ ਕਰਦੇ ਹਾਂ ਤਣਾਅ ਜਿਸ ਤਰੀਕੇ ਦਾ ਬੱਚਿਆਂ ਦੀ ਗੱਲ ਕੀਤੀ ਹੈ ਤੁਸੀਂ ਇਹ ਕੱਲਾ ਮੋਬਾਈਲ ਹੀ ਬੱਚਿਆਂ ਦੇ ਵਿੱਚ ਤਣਾਅ ਦਾ ਕਾਰਨ ਨਿਆ ਜੋ ਹੋਰ ਵੀ ਆ ਮੈਂ ਕਿਸੇ ਨਾ ਬਜ਼ੁਰਗ ਕੋਲ ਬੈਠੀ ਸੀ ਤੇ ਉਹ ਆਪਣੀ ਕਿਸੇ ਬੇਟੇ ਨਾਲ ਆਏ ਹੋਏ ਸੀ ਉਹਨਾਂ ਦੀ ਬੇਟੀ ਦਾ ਬੀਪੀ ਲੋ ਹੋ ਗਿਆ ਫਟਾਫਟ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਗਿਆ ਉੱਥੇ ਬੀਪੀ ਲੋਦਾ ਤੇ ਬੇਟੀ ਕਹਿੰਦੀ ਟੈਨਸ਼ਨ ਹੋ ਗਈ ਮੈਂ ਇੱਕ ਪਾਸੇ ਸੋਚਿਆ ਕਿ ਬਜ਼ੁਰਗ ਨੂੰ ਟੈਨਸ਼ਨ ਹੋਣੀ ਚਾਹੀਦੀ ਉਮਰ ਉਹਨਾਂ ਦੀ ਆ ਹੂੰ 30 ਸਾਲ ਦੇ ਨੌਜਵਾਨ ਨੂੰ ਡੈਂਜਨ ਹੋ ਰਹੀ ਆ ਨਾਲ ਇੰਨਾ ਕ ਬੱਚਾ ਜਿਹੜਾ ਸਕੂਲਾਂ ਦੇ ਵਿੱਚ 12ਵੀਂ 12ਵੀਂ ਦੇ ਬੱਚੇ ਸ਼ਾਇਦ ਮੈਨੂੰ ਲੱਗਦਾ ਜਦੋਂ ਤੁਸੀਂ ਆਪਣੀ ਨੌਵੀਂ ਕਲਾਸ ਚ ਹੋਵੋਗੇ ਤੁਹਾਨੂੰ ਤਾਂ ਪਤਾ ਵੀ ਨਹੀਂ ਹੋਣਾ ਟੈਨਸ਼ਨ ਕੀ ਹੁੰਦੀ ਇਹ ਕੀ ਹੋ ਗਿਆ ਫਿਰ ਹੋਈਏ ਕਿ ਹੈ ਨਾ ਕਿ ਸ਼ੁਰੂਆਤ ਉਧਰੋਂ ਹੋਈ ਬਿਗਨਿੰਗ ਇਹ ਜਿਹੜੀ ਸ਼ੁਰੂਆਤ ਹੋਈ ਅੰਦਰ ਅੰਦਰ ਦੁਖੀ ਹੈ ਕਿ ਸ਼ੇਅਰ ਨਹੀਂ ਹੋ ਰਹੀ ਗੱਲ ਕਿਸੇ ਨੂੰ ਹੁਣ ਜਿਹੜੀ ਹੈ ਉਹੀ ਉਹ ਚੀਜ਼ ਵੱਧੀ ਚਲੀ ਜਾਂਦੀ ਹੈ ਇਹ ਉਹ ਵੱਧੇ ਵੱਧੇ ਕੀ ਹੈ ਫਿਰ ਸਭ ਚੀਜ਼ ਆ ਗਈ ਮੈਂ ਮੋਬਾਈਲ ਦੇਖ ਰਿਹਾ ਲਗਾਤਾਰ ਹੈ ਨਾ ਇਹ ਕਹੇ ਕੰਪਿਊਟਰ ਤੇ ਬੈਠਾ ਕੰਟੀਨਿਊ ਬੈਠਾ ਨਾ ਮੈਂ ਕੋਈ ਖਾ ਰਿਹਾ ਫਰੂਟ ਸਲਾਦ ਪਹਿਲੇ ਘਰਾਂ ਦੇ ਅੰਦਰ ਪਾਣੀ ਸਭ ਚੀਜ਼ਾਂ ਦਾ ਦਾ ਨੈਚਰ ਦੇ ਅੰਦਰ ਬੈਠਣਾ ਦੁੱਪ ਸੀ ਲਾਈਟ ਸੀ ਜੀ ਅੱਜ ਕੀ ਹੈ ਸਾਰੀ ਬਾਡੀ ਦਾ ਜਿਹੜੀ ਤੁਸੀਂ ਕੋਈ ਵੀ ਚੀਜ਼ ਲੈ ਰਹੇ ਹੋ ਯੂਸ਼ੁਅਲੀ ਇਮਿਊਨਿਟੀ ਅੰਦਰ ਤੁਹਾਡੇ ਅੰਦਰ ਤਾਕਤ ਨਹੀਂ ਹੋਣੀ ਚਾਹੀਦੀ ਨਾ ਤਾਕਤ ਹੀ ਨਹੀਂ ਰਹੀ ਬੱਚੇ ਖਾ ਨਹੀਂ ਰਹੇ ਜੀ ਕੋਈ ਫਰੂਟ ਸਲਾਦ ਦੇ ਕੋ ਪਾਣੀ ਦਿਓ ਬੱਚਿਆਂ ਨੂੰ ਫਰੂਟ ਲੋ ਅਜਕਲ ਕੀ ਹੈ ਭਈ ਸਾਰਾ ਮੈਦਾ 버ਗਰ ਖਾਓ ਪੀਜ਼ਾ ਖਾਓ ਪਰੰਤੂ ਉਹਦੇ ਅੰਦਰ ਕੀ ਹੈ ਜਿਹੜੀ ਨਾਲ ਨੈਚੁਰਲ ਡਾਈਟ ਹੈ ਨਾ ਸਲਾਦ ਫਰੂਟ ਪਾਣੀ ਸਭ ਚੀਜ਼ਾਂ ਮਿਸਿੰਗ ਹੋ ਰਹੀਆਂ ਰਾਤੀ ਫਿਰ ਲੇਟ ਸੋਣਾ ਸਹੀ ਨੀਂਦ ਨਹੀਂ ਹੋਣੀ ਇਹ ਸਾਰੀਆਂ ਚੀਜ਼ਾਂ ਤਣਾਅ ਦਾ ਕਾਰਨ ਹੈ ਸਭ ਤਣਾਅ ਦਾ ਕਾਰਨ ਹੈ ਡੈਫੀਨਿਟਲੀ ਹੈ ਕਿ ਅਸੀਂ ਸਰੀਰ ਰੱਬ ਨੇ ਬਣਾਇਆ ਹੈ ਅਸੀਂ ਗੱਡੀ ਪੈਟਰੋਲ ਨਾਲ ਪਾਈਏ ਗੱਡੀ ਚੱਲੇਗੀ ਤੇ ਸਰੀਰ ਨੇ ਖੁਰਾਕ ਕੀ ਹੈ ਬੱਚਿਆਂ ਨੂੰ ਕਿੰਨੀ ਬਿਮਾਰੀਆਂ ਹਾਰਟ ਅਟੈਕ ਪਹਿਲੇ ਸ਼ਬਦ ਤੱਕ ਦੂਰ ਦਾ ਸੀ ਅੱਜ ਨੌਜਵਾਨ ਸ਼ੂਗਰ ਹਾਰਟ ਅਟੈਕ ਬਿਮਾਰੀਆਂ ਚਸ਼ਮੇ ਲੱਗੇ ਹੋਏ ਨੇ ਇਹ ਪੇਨ ਹੋ ਰਿਹਾ ਹੈ ਪੇਨ ਹੋ ਰਿਹਾ ਹੈ ਸਰੀਰ ਡਾਈਟ ਵੀ ਨਹੀਂ ਜਾ ਰਹੀ ਅੰਦਰ ਅੰਦਰ ਪੈਟਰੋਲ ਗੱਡੀ ਜਿਹੜੀ ਚਾਹੀਦੀ ਹੈ ਰੱਬ ਨੇ ਬਣਾਈ ਹੈ ਇੰਨੀ ਸੁੰਦਰ ਪ੍ਰਕਿਰਤੀ ਬਣਾਈ ਹੈ ਖਾਂ ਦਾ ਸਭ ਪਿੰਡਾਂ ਨੂੰ ਜਾਂਦੇ ਸੀਗੇ ਖੇਲਦੇ ਸੀਗੇ ਔਰ ਮੋਬਾਈਲ ਤੇ ਸਭ ਗੇਮ ਚੱਲ ਰਹੀਆਂ ਨੇ ਮੋਬਾਈਲ ਹੀ ਚ ਗੱਲਾਂ ਹੋ ਰਹੀਆਂ ਤੁਸੀਂ ਆਕਸੀਜਨ ਲੈ ਹੀ ਨਹੀਂ ਰਹੇ ਤੇ ਸਨਲਾਈਟ ਜਾ ਹੀ ਨਹੀਂ ਰਹੇ ਤੇ ਕੀ ਹੋਏਗਾ ਬਾਡੀ ਤੇੜੀ ਤੇ ਡਿੱਕੇ ਜਾ ਰਹੀ ਕਿਤਨੇ ਕਿਤੇ ਸਰੀਰ ਤੁਹਾਡਾ ਥੱਲੇ ਜਾਏਗਾ ਕਮਜ਼ੋਰ ਪਏਗਾ ਉਧਰ ਓਵਰ ਥਿੰਕਿੰਗ ਐਈਏ ਸਾਰੀ ਚੀਜ਼ਾਂ ਨੇ ਬਹੁਤ ਕੁਝ ਆਏਗਾ ਜਿਹੜਾ ਸਾਨੂੰ ਜਿਹੜਾ ਹੈ ਧਿਆਨ ਦੇਣਾ ਤੇ ਐਸ ਦੀ ਅਟੈਂਸ਼ਨ ਬਾਰ ਬਾਰ ਜਿੱਦਾਂ ਹੁੰਦਾ ਨਾ ਅਸੀਂ ਵਾਰਨਿੰਗ ਨਹੀਂ ਦਿੰਦੇ ਤੇ ਬਾਰ ਬਾਰ ਹੈ ਇਹਨਾਂ ਕੋਲ ਜਾਏ ਖਬਰ ਸਕੂਲਾਂ ਵਿੱਚ ਕਾਲਜਾਂ ਵਿੱਚ ਭਾਈ ਫਰੂਟ ਖਾਂਦੇ ਹੋ ਰੋਜ਼ ਫਰੂਟ ਖਾਂਦੇ ਹੋ ਸਲਾਦ ਖਾਂਦੇ ਹੋ ਪਾਣੀ ਪੀਂਦੇ ਹੋ ਨਾ ਨਹੀਂ ਤੇ ਬੋਡੀ ਦੇ ਅੰਦਰ ਜਿਹੜੀ ਕਮੀ ਆਣੀ ਗਈ ਆ ਤੇ ਹਰੇਕ ਨੂੰ ਗਾਈਡ ਨਾ ਬਣਾ ਲਓ ਮੋਬਾਈਲੇ ਹਜ਼ਾਰੋ ਗੁਰਮ ਨਾਲ ਚੰਗਾ ਖਾਣਾ ਚੰਗਾ ਫੂਡ ਵੀ ਮਤਲਬ ਤਣਾਅ ਨੂੰ ਘੱਟ ਕਰਨ ਚ ਮਦਦ ਕਰਦਾ ਬਿਲਕੁਲ ਬਿਲਕੁਲ ਕਰਦਾ ਕਿਉਂਕਿ ਤੁਸੀਂ ਆਪਣੇ ਬ੍ਰੇਨ ਤੋਂ ਤਣਾਅ ਲੈ ਰਹੇ ਹੋ ਇਹ ਜਿਹੜੀ ਬੁੱਧੀ ਹੈ ਇਹ ਦਿਮਾਗ ਤੋਂ ਤਕਾਵਟ ਹੁੰਦੀ ਹੈ ਦਿਮਾਗ ਨੂੰ ਖੁਰਾਕ ਚਾਹੀਦੀ ਹੈ ਜਿਦੋਂ ਤੁਸੀਂ ਆਕਸੀਜਨ ਹੈ ਫਰੂਟ ਸਲਾਦ ਹੈ ਕਿ ਨੇਚਰ ਸਭ ਦੇ ਆਕਸੀਜਨ ਹੈ ਨਾ ਜੋ ਫੋਟੋਸਿੰਥੈਸਿਸ ਪੜਿਆ ਸਕੂਲ ਟਾਈਮ ਵਿੱਚ ਤੇ ਆਕਸੀਜਨ ਜਾ ਰਹੀ ਹੈ ਨਾ ਅੰਦਰ ਬ੍ਰੇਨ ਨੂੰ ਆਕਸੀਜਨ ਮਿਲੇਗੀ ਫਰੈਸ਼ਨੈਸ ਆਏਗੀ ਤੇ ਇਹ ਚੀਜ਼ਾਂ ਬੜੀ ਨੇ ਦੌੜ ਭੱਗ ਕਰਨੀ ਰਹੇ ਖੇਲ ਖੂਦ ਰਹੇ ਨਹੀਂ ਹੋ ਜਿਹੜੀ ਅੰਦਰੋਂ ਕਾਰਬਨ ਡਾਈਆਕਸਾਈਡ ਬਾਹਰ ਜਾਏ ਫਿਰ ਅੰਦਰ ਸ਼ਰੀਰ ਦੇ ਅੰਦਰ ਤੁਸੀਂ ਕੁਝ ਫਿਜ਼ੀਕਲ ਹੀ ਨਹੀਂ ਕਰ ਰਹੇ ਖਾ ਵੀ ਨਹੀਂ ਰਹੇ ਤੇ ਵਿਚਾਰ ਇੱਧਰ ਤੇ ਦੌੜੇ ਜਾ ਰਹੇ ਨੇ ਤੇ ਤਣਾਅ ਤੇ ਵੱਧੇਗਾ ਇਹਦਾ ਮਾਸਟਰ ਜੀ ਹੱਲ ਕੀ ਹੋ ਸਕਦਾ ਕਿ ਬੱਚਿਆਂ ਦਾ ਤਣਾਅ ਘੱਟ ਹੋਵੇ ਕਿ ਮਾਪੇ ਨੂੰ ਇਨੀਸ਼ੀਏਟਿਵ ਲੈਣਾ ਪਊਗਾ ਟੀਚਰਾਂ ਨੂੰ ਲੈਣਾ ਪਊਗਾ ਜਾਂ ਬੱਚਿਆਂ ਦੀ ਜਿਹੜੇ ਕਹਿੰਦੇ ਨਾ ਅੱਜਕੱਲ ਕਾਉਂਸਲਿੰਗ ਦੀ ਲੋੜ ਪਾਉਗੀ ਦੇਖੋ ਉਹਨ ਸੱਚ ਗੱਲ ਤੇ ਐ ਅਸੀਂ ਬਹੁਤ ਅੱਗੇ ਚੱਲੇ ਗਏ ਵਿਕਾਸ ਵਿੱਚ ਹੂੰ ਵੀ ਉਹਨ ਤੋਂ ਅਸੀਂ ਇੰਨਾ ਵਿਕਾਸ ਹੋ ਗਿਆ ਹੈ ਨਾ ਤੇ ਇਹਨਾਂ ਦਾ ਇੱਕ ਬੜੀ ਚੀਜ਼ ਜ਼ਰੂਰੀ ਹੋਣੀ ਕਿ ਪਹਿਲੇ ਸੀਗਾ ਜੁਆਇੰਟ ਫੈਮਲੀਆਂ ਹੁਣ ਅਸੀਂ ਕਿ ਜੁਆਇੰਟ ਫੈਮਲੀ ਆ ਵਾਪਸ ਆ ਜਾਣ ਬੜਾ ਡਿਫਿਕਲਟ ਲੱਗਦਾ ਹੈ ਕਿਉਂਕਿ ਅਬ ਇੱਛਾਵਾਂ ਬਾੜ ਦੀਆਂ ਕੋਸ਼ ਇੰਨੀਆਂ ਵੱਧ ਗਈਆਂ ਨੇ ਤੇ ਹੁਣ ਉਹ ਜੁਆਇੰਟ ਫੈਮਲੀ ਬੜੀ ਮੁਸ਼ਕਲ ਹੈ ਕਿ ਸਾਰੇ ਪਰਿਵਾਰ ਇਕੱਠੇ ਹੋ ਜਾਣ ਹੁਣ ਕੀ ਹੈ ਇੱਕ ਜੋ ਬੜੀ ਜ਼ਰੂਰੀ ਮੈਂ ਕਿਉਂਕਿ ਹਜ਼ਾਰਾਂ ਦੇ ਐਕਸਪੈਰੀਮੈਂਟ ਕੀਤਾ ਪਿਛਲੇ 16 ਸਾਲ ਵਿੱਚ ਅੱਛਾ ਜੀ ਤਾਂ ਜਾ ਕੇ ਮੈਂ ਦਸੰਬਰ ਹੀ ਪਬਲਿਸ਼ ਕੀ ਆਇਆ ਤੇ 10 ਸਾਲ ਦੇ ਬੱਚੇ ਤੋਂ 80 ਸਾਲ ਦੀ ਦਾਦੀ ਤੁਹਾਨੂੰ ਚਾਰਚਾ ਜਨਰੇਸ਼ਨਾਂ ਕੁਝ ਮਿਲਾਂਗੀ ਨੱਚਦੀ ਹੋਈਆਂ ਕੀ ਐਕਸਪੈਰੀਮੈਂਟ ਕੀਤਾ ਹੂੰ ਇਸ ਤੋਂ ਮੈਂ ਦਾ ਗਿਆਨ ਲੋ ਐਸ ਲਈ ਰਦਾ ਮੈਂ ਕੋਨ ਆ ਅੱਛਾ ਜੀ ਜਨਮ ਹੋਇਆ ਕਿਉਂ ਹੈ ਇਹ ਮੇਰੇ ਨਾਲ ਕਿਉਂ ਹੋ ਰਿਹਾ ਹੈ ਇਹ ਭਾਗੀ ਹੁੰਦਾ ਕੀ ਹੈ ਨਸੀਬ ਜਿੰਨੂੰ ਕਹਿੰਦੇ ਤੇ ਇਹ ਸਾਰਾ ਖੇਲ ਕੀ ਹੈ ਫਿਰ ਗੁਰੂ ਸਾਹਿਬ ਕੀ ਕਹਿ ਰਹੇ ਹੁਕਮ ਕੇ ਅੰਦਰ ਸਭ ਹੁਕਮ ਕੇ ਬਾਹਰ ਨਾ ਕੋਈ ਹੁਕਮ ਰਜਾਈ ਚਲਣਾ ਹੈ ਕਿ ਸਾਰੇ ਗ੍ਰੰਥ ਕਹ ਰਹੇ ਗੀਤਾ ਵੀ ਕਹ ਰਹੀ ਜੋ ਹੋਆ ਅੱਛਾ ਹੋਆ ਜੋ ਬਰਾ ਅੱਛਾ ਹੋਰ ਜੋ ਹੋਗਾ ਅੱਛਾ ਹੀ ਹੋਗਾ ਜੀਜ਼ਸ ਕਹ ਰੇ ਟੋਟਲ ਐਕਸੈਪਟ ਨੇ ਤੇ ਇਹ ਹੈ ਕਿ ਭਾਈ ਮਹਾਵੀਰ ਕਹਿੰਦਾ ਹਿੰਸਾ ਪਰ ਆਪਣੇ ਤੇ ਹਿੰਸਾ ਨਾ ਕਰੋ ਤੇ ਇਹ ਹੈਗਾ ਕਿ ਸਭ ਹੁਕਮ ਵਿੱਚ ਹੋ ਰਿਹਾ ਹੈ ਇੱਕ ਇੱਕ ਲਾਈਨ ਜਿਹੜਾ ਮੱਤੀ ਵਿੱਚ ਰਤਨ ਜਵਾਰ ਮਾਨਿਕ ਜੇ ਕਿ ਗੁਰ ਕੀ ਸਿੱਖ ਸੁਣੀ ਕਿ ਐਂਦਾ ਗਿਆਨ ਜ਼ਰੂਰੀ ਹੈ ਐਂਦਾ ਗਿਆਨ ਮਿਲ ਗਿਆ ਐਕਸੈਪਟੈਂਸ ਆ ਜਾਏਗੀ ਅਸੀਂ ਐਕਸੈਪਟੈਂਸ ਪਾਵਰ ਖਤਮ ਹੋ ਗਈ ਹੈ ਵੈਰੀ ਇੰਪੋਰਟੈਂਟ ਸਪਿਰਚੁਅਲਿਟੀ ਜੋ ਅਧਿਆਤਮ ਕਹਿੰਦੇ ਨਾ ਜਿਹੜੀ ਰੱਬ ਦੀ ਬਾਣੀ ਹੈ ਗੁਰ ਬਾਣੀ ਹੈ ਇਹ ਥੋੜੀ ਜ਼ਰੂਰੀ ਹੈ ਲਾਂਚ ਕਰਨਾ ਮਤਲਬ ਅਸੀਂ ਕਿ ਬੇਸਿਕ ਐਜੂਕੇਸ਼ਨ ਜਿਹੜੀ ਹੈ ਨਾ ਸਮਝੋ 6 ਸਟੈਂਡਰਡ ਤੋਂ ਅਗਰ ਆ ਜਾਂਦੀ ਹੈ ਤੇ ਸਮਝ ਆਈ ਜਾਂਦੀ ਸੇਫ ਗਾਰਡ ਹੋ ਗਿਆ ਕਿਉਂਕਿ ਮੈਂ ਹਜ਼ਾਰਾਂ ਤੇ ਐਕਸਪੈਰੀਮੈਂਟ ਕੀਤਾ ਨੌਜਵਾਨਾਂ ਦੇ ਤੇ ਅੱਜ ਮੇਰੇ ਕੋਲ ਸਭ ਹੈਗੇ ਸਭ ਮੋਜ ਵਿੱਚ ਕੋਈ ਦੁਖੀ ਨਹੀਂ ਮਿਲੇਗਾ ਮੇਰਾ ਕੋਲ ਮੈਂ ਬੱਚਾ ਨਾ ਜਵਾਨ ਨਾ ਬਜ਼ੁਰਗ ਦੁੱਖ ਆ ਰਿਹਾ ਨਹੀਂ ਦੁੱਖ ਨਹੀਂ ਆਏਗਾ ਇਹ ਸੰਸਾਰ ਦੀ ਕਮੀਆਂ ਨੇ ਮੇਰੇ ਕੋਲ ਗੱਡੀ ਨਹੀਂ ਹੈ ਇਹਦੇ ਕੋਲ ਗੱਡੀ ਹੈ ਮੇਰੇ ਕੋਲ ਘਰ ਨਹੀਂ ਹੈ ਇਹਦੇ ਕੋਲ ਵੱਡਾ ਘਰ ਹੈ ਮੇਰੇ ਕੋਲ ਨੌਕਰੀ ਨਹੀਂ ਹੈ ਮੈਨੂੰ ਦੇਖੋ ਇਹਨਾਂ ਜਾਣਾ ਸੀ ਬਾਹਰ ਮੈਂ ਨਹੀਂ ਜਾ ਪਾਇਆ ਤੇ ਸਟ੍ਰੈਸ ਮੇਰੇ ਕੋਲ ਵੀ ਹਜ਼ਾਰਾਂ ਐਗਜ਼ਾਮਪਲ ਨੇ ਨਹੀਂ ਕੁਝ ਹੋਇਆ ਰਿਲੈਕਸ ਹੈ ਇੱਥੇ ਤੱਕ ਮੌਤ ਵੀ ਆਈ ਹੈ ਨਾ ਡਾਂਸਿੰਗ ਡੈਥ ਹੈਗੀ ਹੈ ਡਾਂਸਿੰਗ ਡੈਥ ਕੇ ਮੌਤ ਨੂੰ ਹੀ ਸਵੀਕਾਰ ਕਰ ਲਿਆ ਹੈ ਬਿਮਾਰੀਆਂ ਆਈਆਂ ਉਹਨਾਂ ਨੂੰ ਹੀ ਸਵੀਕਾਰ ਕਰ ਲਿਆ ਸਭ ਕੁਝ ਤੇ ਐਂਦਾ ਗਿਆਨ ਜ਼ਰੂਰੀ ਹੈ ਹੁਕਮ ਕੇ ਅੰਦਰ ਸਭ ਹੁਕਮ ਕੇ ਬਾਹਰ ਨਾ ਕੋਏ ਹੁਕਮ ਰਜਾਈ ਚਲਣਾ ਜੋ ਤੂੰ ਦਬਾਏ ਸੋ ਭਲੀਕਾਰ ਇਹ ਲਾਈਨ ਬੜੀ ਇੰਪੋਰਟੈਂਟ ਨੇ ਜਦੋਂ ਇਹ ਸਿੱਖਿਆ ਦੇ ਅੰਦਰ ਆ ਜਾਂਦੀ ਹੈ ਨੇ ਉਹਨਾਂ ਦਾ ਸਮਝ ਆਏ ਸਮਝ ਪੜ੍ਹਨਾ ਨਹੀਂ ਸਮਝ ਲੈ ਤੇ ਮੋਜ ਆ ਜਾਂਦੀ ਹੈ ਫਿਰ ਇਦਾਂ ਇੱਕ ਮੈਡੀਟੇਸ਼ਨ ਆਪਾਂ ਅਕਸਰ ਸੁਣਦੇ ਆ ਕਿ ਮੈਡੀਟੇਸ਼ਨ ਕਰਨੀ ਬੜੀ ਜ਼ਰੂਰੀ ਆ ਤੁਸੀਂ ਆਪਣੇ ਆਪ ਨੂੰ ਥੋੜਾ ਵਕਤ ਸਵੇਰ ਨੂੰ ਸਰੀਰ ਨੂੰ ਵੀ ਦਿਓ ਆਪਣਾ ਤਣਾਅ ਘਟਾਉਣ ਦੇ ਲਈ ਯੋਗ ਕਰੋ ਬਹੁਤ ਵਾਰੀ ਡਾਕਟਰ ਵੱਡੇ ਤੋਂ ਵੱਡਾ ਡਾਕਟਰ ਵੀ ਇਹੀ ਕਹਿੰਦਾ ਕਿ ਮੈਡੀਟੇਸ਼ਨ ਜ਼ਰੂਰ ਕਰੋ ਆਪਣੇ ਆਪ ਨੂੰ ਸਮਾਂ ਜ਼ਰੂਰ ਦਿਓ ਇਹ ਸਮਾਂ ਕਿਦਾਂ ਦਿੱਤਾ ਜਾਵੇ ਤਾਂ ਜੋ ਤਣਾਅ ਜਿਹੜਾ ਸਾਡਾ ਘੱਟ ਹੋ ਸਕੇ ਕਿਉਂਕਿ ਅੱਜ ਦਾ ਆਪਣਾ ਵਿਸ਼ਾ ਵੀ ਇਹ ਹੈ ਤਣਾਅ ਕਾਰਨ ਤੇ ਨਿਵਾਰਨ ਦੇਖੋ मेडिटेशन योग बहुत अच्छे शब्द हैं हम्म ग्रेट वर्ड्स जी मेडिटेशन यानी ध्यान जी योग यानी किन ਨਾਲ ਰਬ ਨਾਲ ਯੋਗ ਇੱਕ ਯੋਗ ਹੈ ਪਹਿਲੇ ਸਰੀਰ ਲਈ ਕਿਹਾ ਅਸ਼ਟਾਂਗ ਯੋਗ ਅਗਰ ਸੁਣਿਆ ਹੈ ਤੇ ਪਹਿਲੇ ਪੰਜ ਜਿਹੜੇ ਸਰੀਰ ਲਈ ਗਏ ਨੇ ਬੋਡੀ ਆਖਰੀ ਤਿੰਨ ਜਿਹੜੇ ਗਏ ਨੇ ਧਾਰਨਾ ਧਿਆਨ ਸਮਾਧੀ ਧਿਆਨ ਉਹ ਸਤਵਾਂ ਪਾਇਦਾਨ ਹੈ ਉਹ ਕੀ ਹੈ ਰਬ ਨਾਲ ਜਿੰਦਗੀ ਦਾ ਸਮਾਧਾਨ ਸਮਾਧੀ ਨਹੀਂ ਸਮਾਧਾਨ ਧਾਰਨਾ ਕਿ ਮੈਂ ਲਵਣਾ ਹੈ ਜ਼ਿੰਦਗੀ ਦੇ ਸਮਾਧਾਨ ਹੈ ਟੈਨਸ਼ਨ ਕਿਉਂ ਹੋ ਰਹੀ ਹੈ ਐਂਜਾਇਟੀ ਕਿਉਂ ਹੋ ਰਹੀ ਹੈ ਪਹਿਲੇ ਪੰਜ ਸਰੀਰ ਲਈ ਕਹਿ ਰਹੇ ਨਾ ਤੇ ਸਰੀਰ ਨੂੰ ਫਿਟ ਕਰਨ ਲਈ ਯੋਗ ਫਿਜ਼ੀਕਲ ਜਦੋਂ ਨਾ ਅਨੁਲੋਮ ਵਿਲੋਮ ਕਰੋ ਐ ਕਰੋ ਸਪੋਰਟ ਕਰੋ ਸਵੇਰੇ ਉੱਠੋ 4 ਵਜੇ 5 ਵਜੇ 6 ਵਜੇ ਗਾਰਡਨ ਨਹੀਂ ਜਾਓ ਯੋਗ ਇੱਕ ਭਾਰੀ ਸਰੀਰ ਲਈ ਇੱਕ ਆਖਰੀ ਤਿੰਨ ਪੜਾਅ ਅਸ਼ਟਾਂਗ ਵਿੱਚ ਉਹ ਅੰਤਰਿਕ ਉਹ ਟੈਨਸ਼ਨ ਤੋਂ ਕਨੈਕਟਡ ਆਖਰੀ ਤਿੰਨ ਉਹ ਕੀ ਇਹ ਧਾਰਨ ਕਰੋ ਧਾਰਨ ਕਰਨਾ ਹੈ ਜ਼ਿੰਦਗੀ ਦਾ ਸਮਾਧਾਨ ਕਰਨਾ ਹੈ ਰੋਜ਼ ਦੁਖੀ ਹੁੰਦੇ ਰਹਿੰਦੇ ਆ ਟੈਨਸ਼ਨ ਐਂਜਾਇਟੀ ਡਿਪਰੈਸ਼ਨ ਤੇ ਫਿਰ ਜ਼ਿੰਦਗੀ ਦਾ ਕੀ ਇਹਨੂੰ ਸਮਝੋ ਧਾਰਨ ਕੀ ਕਰਨਾ ਹੈ ਕਿ ਧਿਆਨ ਕੀ ਦਾ ਕਰਨਾ ਹੈ ਉਹ ਧਿਆਨ ਨਹੀਂ ਇੱਕ ਅਸੀਂ ਧਿਆਨ ਕੀ ਅੱਖ ਬੰਦ ਕਰ ਲਈ ਅੰਦਰ ਤੇ ਥਾੜ ਦੌੜ ਰਹੇ ਨਾ ਵਿਚਾਰਾਂ ਨੂੰ ਸ਼ਾਂਤ ਕਰਨਾ ਹੈ ਜੇ ਅੱਖ ਬੰਦ ਦੇ ਵਿਚਾਰ ਹੋਰ ਤੇਜ਼ ਦੌੜ ਰਹੇ ਨੇ ਮੰਨ ਲਓ ਜੀ ਕਿ ਉਸ ਦੇਖ ਰਿਹਾ ਵਿਚਾਰ ਉਹ ਨਹੀਂ ਤੇਜ਼ ਨਹੀਂ ਦੌੜ ਰਹੇ ਅੱਖ ਬੰਦ ਕਰ ਲੋ ਵਿਚਾਰ ਦੌੜ ਰਹੇ ਨੇ ਆਫਿਸ ਜਾਣਾ ਹੈ ਕੰਮ ਜਾਣਾ ਹੈ ਯਾਰ ਆਂ ਅੰਦਰ ਕੁ ਲੈਡੀਆਂ ਦੇ ਦਿਮਾਗ ਚ ਹਲੇ ਧਾਰ ਧਰਨੀ ਆ ਮਰਦ ਦੇ ਦਿਮਾਗ ਚਲੇ ਦੁੱਧ ਲੈ ਕੇ ਆਉਣਾ ਕਰਦੇ ਗੱਲਾਂ ਨਹੀਂ ਮੁਕਦੀਆਂ ਦਿਮਾਗ ਚ ਐਕਚੁਅਲੀ ਜੋ ਧਿਆਨ ਕਿਹਾ ਸੀ ਨਾ ਧਾਰਨਾ ਧਿਆਨ ਸਮਾਧੀ ਉਹ ਧਿਆਨ ਜਿਹੜਾ ਹੈ ਵਚਨਾ ਦਾ ਧਿਆਨ ਗੁਰੂ ਸਾਹਿਬ ਦੀ ਬਾਣੀ ਜਿੱਦਾਂ ਹੈ ਜੀ ਵਚਨਾ ਦਾ ਧਿਆਨ ਕਿ ਹੁਕਮ ਦੇ ਅੰਦਰ ਸਭ ਹੁਕਮ ਰਹਿ ਐ ਸਭ ਕਰਕੇ ਕਿ ਮਨ ਦੇ ਅੰਦਰ ਕੀ ਹੈ ਇੱਕ ਬੱਚਾ ਜਵਾਨ ਹੋਇਆ ਟੈਨਸ਼ਨ ਆਈ ਨਾ ਤੇ ਉਹ ਵਿਚਾਰ ਜਿਹੜੇ ਨੇ ਉਹਦੇ ਕਾਰਨ ਟੈਨਸ਼ਨ ਆਈ ਗਲਤ ਵਿਚਾਰ ਚਲੇ ਗਏ ਹੁਣ ਅੱਛੇ ਵਿਚਾਰ ਕਿਧਰੋਂ ਮਿਲਣਗੇ ਗੁਰਗ੍ਰੰਥ ਸਾਹਿਬ गीता ਜੋ ਵੀ ਧਰਮ ਗ੍ਰੰਥ ਤੁਹਾਡਾ ਉਹਦੇ ਅੰਦਰ ਤੁਸੀਂ ਪੜੋਗੇ ਉਹ ਸਾਰੇ ਵਿਚਾਰ ਨੈਗੇਟਿਵ ਜਿਹੜੇ ਨੇ ਨਾ ਉਹ ਐਕਸਟ੍ਰੈਕਟ ਬਾਹਰ ਆ ਜਾਣ ਕਿਉਂਕਿ ਸਮਝ ਆ ਗਈ ਜ਼ਿੰਦਗੀ ਦੀ ਬਿਲਕੁਲ ਜ਼ਿੰਦਗੀ ਨੂੰ ਸਮਝਣਾ ਉਹ ਸੂ ਵਿਚਾਰ ਦਾ ਧਿਆਨ ਹੈ ਇਹ ਧਿਆਨ ਤੇ ਤੁਹਾਡੇ ਅੰਦਰ ઓਵਰ ਥਿੰਕਿੰਗ ਕਰਾ ਰਿਹਾ ਕਿਉਂਕਿ ਤੁਹਾਨੂੰ ਲੱਗਦਾ ਮੈਂ ਧਿਆਨ ਕਰ ਲਿਆ ਤੇ ਰਿਲੈਕਸ ਆ ਗਿਆ ਇਟ ਇਜ਼ ਟੈਂਪਰੇਰੀ ਹੈ ਨਾ ਇਹ ਸ਼ਰੀਰ ਦਾ ਯੋਗ ਠੀਕ ਹੈ ਸ਼ਰੀਰ ਦੇ ਲਈ ਯੋਗ ਕਰ ਰਹੇ ਹੋ ਬਾਹਰੀ ਆਤਮਿਕ ਯੋਗ ਲਈ ਤੁਹਾਨੂੰ ਜੀਵਨ ਦਾ ਗਿਆਨ ਚਾਹੀਦਾ ਅਗਿਆਨ ਦੇ ਕਾਰਨ ਦੁਖੀ ਹੋਏ ਹੋ ਜਿਹੜਾ ਤੁਸੀਂ ਮਾਇਆ ਨੂੰ ਅੰਦਰ ਲੈ ਗਏ ਹੁਣ ਗਿਆਨ ਤੋਂ ਅਗਿਆਨ ਬਾਹਰ ਆਏਗਾ ਯਾਨੀ ਵਿਕਾਰ ਜਿੰਨੂੰ ਕਹਿੰਦੇ ਜਿਹੜੀ ਕਾਮ ਵਾਸਨਾ ਕ੍ਰੋਧ ਲੋਭੋ ਈਨਕਾਰ ਫਸਿਆ ਹੋਇਆ ਤੇ ਗਿਆਨ ਜ਼ਰੂਰੀ ਹੈ ਗੁਰੂ ਸਾਹਿਬ ਦੀ ਬਾਣੀ ਜ਼ਰੂਰੀ ਹੈ ਸਮਝਣਾ ਤੇ ਫਿਰ ਪੌੜੀਆਂ ਚੜਨ ਲਗਾਗੇ ਤੇ ਫਿਰ ਮੋਜੀ ਮੋਜਾ ਜਾਊਗੀ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਗੱਲਾਂ ਤੇ ਗੀਤ ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਵਿਸ਼ੇ ਦੇ ਉੱਪਰ ਤਣਾਅ ਕਾਰਨ ਤੇ ਨਿਵਾਰਨ ਸਾਡੇ ਨਾਲ ਨੇ ਰਜੇਸ਼ ਕੁਮਾਰ ਜੀ ਜਿਨ੍ਹਾਂ ਨੂੰ ਮਾਸਟਰ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮਾਸਟਰ ਜੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਵੱਖਰੇ ਵੱਖਰੇ ਤਰੀਕੇ ਦੇ ਤਣਾਅ ਹੋ ਰਹੇ ਆ ਜਿਸ ਤੇ ਕਈ ਤੁਸੀਂ ਹਾਲ ਵੀ ਦੱਸੇ ਕਾਰਨ ਵੀ ਦੱਸੇ ਇੱਕ ਬੜਾ ਹੀ ਵੱਡਾ ਕਾਰਨ ਅੱਜਕੱਲ ਮੇਰਾ ਵੀਜ਼ਾ ਨਹੀਂ ਲੱਗਦਾ ਮੈਂ ਬਾਹਰ ਕਿੱਦਾਂ ਜਾਵਾਂ ਹਰ ਤੀਸਰੇ ਬੰਦੇ ਨੂੰ ਇਹ ਟੈਨਸ਼ਨ ਦੇਖਣ ਨੂੰ ਮਿਲ ਰਹੀ ਆ ਅੱਜ ਦਿਨ ਕੁਝ ਖਬਰਾਂ ਵੀ ਪੜਨ ਨੂੰ ਮਿਲਦੀਆਂ ਕਿ ਗਲਤ ਕਦਮ ਕਿਸੇ ਨੇ ਚੱਕ ਲਿਆ ਸਿਰਫ ਵੀਜ਼ਾ ਨਹੀਂ ਲੱਗਿਆ ਵਿਦੇਸ਼ ਜਾਣ ਦਾ ਰੁਝਾਨ ਤਾਂ ਸੀਗਾ ਪਰ ਵਿਦੇਸ਼ ਜਾਣ ਦਾ ਰੁਝਾਨ ਤਣਾਅ ਕਦੋਂ ਬਣ ਗਿਆ ਇਹ ਸਾਨੂੰ ਪਤਾ ਹੀ ਨਹੀਂ ਲੱਗਿਆ ਕੀ ਕਹੋਂਗੇ ਦੇਖੋ ਇਹਦਾ ਇਹਨਾ ਕਿ ਜੀਵਨ ਦਾ ਫੇਰ ਹੋਈ ਹੈ ਕਿ ਸਾਨੂੰ ਗਿਆਨ ਮਿਲ ਜਾਏ ਤੇ ਸਾਨੂੰ ਐਸ ਚੀਜ਼ਾਂ ਤੋਂ ਨਿਜਾਦ ਮਿਲ ਜਾਏਗੀ ਜਿੰਨਾ ਅਸੀਂ ਜਾਣਾ ਚਾਹੁੰਦੇ ਆ ਠੀਕ ਹੈ ਨਾ ਵਿਕਾਸ ਹੋ ਰਿਹਾ ਅੱਜ ਇੱਕ ਹੋੜ ਹੈਗੀ ਹੈ ਨਾ ਵਿਕਾਸ ਦੇ ਅੰਦਰ ਅਸੀਂ ਵੀ ਵਿਕਸਿਤ ਹੋ ਜਾਈਏ ਸਾਡਾ ਵੀ ਬੰਗਲਾ ਵੱਡਾ ਹੋ ਜਾਏ ਗੱਡੀਆਂ ਆ ਜਾਣ ਦੌਲਤ ਆ ਜਾਏ ਹਰ ਕੋਈ ਜਾਂਦਾ ਕਿ ਬਾਹਰ ਸਭ ਦੌੜ ਰਹੇ ਵਿਕਾਸ ਆਪਣਾ ਵਿਕਾਸ ਵੀ ਚਾਹੀਦਾ ਹੈ ਨਾ ਰੇਖ ਨੂੰ ਤੇ ਉਹਦੇ ਅੰਦਰ ਫਿਰ ਕਈ ਵਾਰੀ ਸੋਚਦੇ ਆ ਅਰੇ ਬਾਹਰ ਚਲੇ ਜਾਂਦੇ ਆ ਬਾਹਰ ਕੀ ਹੈਗਾ ਅੱਛਾ ਹੈ ਵਿਕਸਿਤ ਦੇਸ਼ ਹੈਗੇ ਨੇ ਅੰਚੀ ਕਮਾਈ ਮਿਲੇਗੀ ਐ ਹੋਏਗਾ ਤੇ ਉਸ ਦੇ ਅੰਦਰ ਬਿਨਾ ਜਾਂਚ ਪੜਤਾਲ ਦੀ ਚੀਜ਼ਾਂ ਦੇ ਵੀ ਅਸੀਂ ਇੱਕਦਮ ਚਲੇ ਜਾਂਦੇ ਆ ਅੱਜ ਭਾਰਤ ਦੇ ਅੰਦਰ ਦੇਖੀਏ ਪਿਛਲੇ 30 40 ਸਾਲ ਤੋਂ ਵਿਕਾਸ ਵੱਧਦਾ ਹੀ ਜਾ ਰਿਹਾ ਹੈ ਅੱਜ ਇੱਥੇ ਇੰਨੇ ਵੱਡੇ ਵੱਡੇ ਪੈਕੇਜ ਆ ਗਏ ਅਜ ਅਸੀਂ ਦੇਖੀਏ ਤੇ ਨੌਕਰੀਆਂ ਦੇ ਅੰਦਰ ਕਿੰਨਾ ਪੈਕੇਜ ਜੀ 30 ਲੱਖ ਦਾ ਪੈਕੇਜ 40 ਲੱਖ 1 ਕਰੋੜ 2 ਕਰੋੜ ਦਾ ਪੈਕੇਜ ਜੀ ਇੱਥੇ ਅੱਜ ਇੰਨੀ ਅੱਛੀ ਸੈਲਰੀਆਂ ਹੋ ਗਈਆਂ ਨੇ ਅੱਛਾ ਬਾਹਰ ਅਸੀਂ ਜਾਣਦੇ ਆ ਜੀ ਸੋਚਦੇ ਆ ਉੱਤੇ ਕਿੰਨੇ ਮਿਲ ਰਿਹਾ ਇੱਥੇ ਕੀ ਮਿਲ ਰਿਹਾ ਜੀ ਇੱਧਰ ਮਿਲ ਰਿਹਾ ਜਿਹੜਾ ਸਿਰਫ 20 ਲੱਖ ਦਾ ਪੈਕੇਜ ਉੱਤੇ ਕੀ ਮਿਲਦਾ 50 ਲੱਖ ਦਾ ਪਰ ਉੱਧਰ ਜਦੋਂ ਪਤਾ ਲੱਗਦਾ ਉੱਤੇ ਖਰਚੇ ਉਧਰ ਖਰਚਿਆਂ ਨੂੰ ਜਦੋਂ ਕੰਪੇਅਰ ਕਰਦੇ ਆ ਨਾ ਤੇ ਪਤਾ ਲੱਗਦਾ ਹੈ ਕਿ ਅਸੀਂ ਉੱਥੇ ਸੇਵਿੰਗ ਅਗਰ ਬਾਹਰ ਪੋਚੀਏ ਸੇਵਿੰਗ ਹੋ ਹੀ ਨਹੀਂ ਰਹੀ ਹੈ ਜੋ ਜਾਣਦੇ ਸੇਵਿੰਗ ਕੁਝ ਨਹੀਂ ਹੁੰਦੀ ਹੈਗੀ ਸੇਵਿੰਗ ਕਿੱਦਾਂ ਕਰਦੇ ਫਿਰੋ ਬਿਲਕੁਲ ਆਪਣੇ ਲੈਵਲ ਨੂੰ देयर ਸਟੈਂਡਰਡ ਆਫ ਲਿਵਿੰਗ ਕਿਉਂਕਿ ਮੇਰੇ ਤਾਂ ਲੋਕ ਬਹੁਤ ਜੁੜੇ ਹੋਏ ਨੇ ਬਾਹਰ ਦੁਬਈ ਆ ਮਰੀਕਾ ਫਿਲਮ ਇਨ ਬਾਰ ਬਾਰ ਤੇ ਸਟੈਂਡਰਡ ਆਫ ਲਿਵਿੰਗ ਜਿਹੜਾ ਹੈ ਉਹ ਬਿਲਕੁਲ ਡਾਊਨ ਕਰ ਦਿੰਦੇ ਹਮ ਇੱਥੇ ਆਂਦੇ ਨੇ ਅਪ ਟੂ ਡੇਟ ਹੋ ਕੇ ਆ ਜਾਂਦੇ ਨੇ ਉੱਧਰ ਤੇ ਜਿਹੜਾ ਉਹ ਸਾਰਾ ਕੰਪੇਅਰਿੰਗ ਕਰਦੇ ਸੇਵਿੰਗ ਕੋਈ ਨਹੀਂ ਹੋ ਨਹੀਂ ਪਾਂਦੀ ਉੱਧਰ ਦਾ ਪੂਰਾ ਡੀਟੇਲ ਸਮਝਦੇ ਨਹੀਂ ਕਿ ਉੱਤੇ ਖਰਚਾ ਵੀ ਬਹੁਤ ਹੈਗਾ ਨਾ ਇੱਧਰ ਜਿਹੜਾ ਕਮਾਈ ਅੱਛੀ ਹੋ ਰਹੀ ਹੈ ਤੇ ਉਸ ਦੇ ਅੰਦਰ ਕੀ ਹੈ ਕਿ ਦਿਨ ਅਗਿਆਨ ਇਗਨੋਰੈਂਸ ਤੇ ਇੱਕ ਹੋੜ ਲੱਗੀ ਹੈ ਕਿ ਭਈ ਜਾ ਰਿਹਾ ਉਹ ਦੀ ਗਿਆ ਮੈਂ ਵੀ ਜਾਵਾਂ ਤੇ ਉੱਤੇ ਮਿਲੇਗਾ ਕਿੰਨੇ ਲੋਕ ਜਿਹੜੇ ਉਹਨਾਂ ਦਾ ਜਾਂਦੇ ਤੇ ਬਾਹਰ ਦਾ ਦੇਸ਼ ਵੀ ਕਿੰਨੇ ਲੋਕਾਂ ਨੂੰ ਲੇਗਾ ਜੀ ਲਿਮਟ ਹੈ ਨਾ ਚੀਜ਼ ਦੀ ਫਿਰ ਉੱਥੇ ਕਿ ਜਿਆਦਾ ਲੋਕ ਪਹੁੰਚ ਰਹੇ ਨੇ ਜੀ ਉਹਨਾਂ ਲਈ ਫਿਰ ਕੀ ਹੈ ਉਹਨਾਂ ਨੇ ਵੇਜਸ ਘਟ ਕਰ ਦਿੱਤੇ ਤੇ ਕੰਪੀਟੀਸ਼ਨ ਹੋ ਗਿਆ ਤੇ ਆਪਣੇ ਲੋਕ ਜਾਣਦੇ ਨੇ ਉਹ ਵਿਚਾਰੇ ਉੱਤੇ ਫਿਰ ਜਾ ਕੇ ਦੇਖਦੇ ਨੇ ਅਮਰੀਕਾ ਗਿਆ ਹੈ ਅਮਰੀਕਾ ਗਿਆ ਭਾਈ ਬਟਾ ਮੇਰਾ ਲੰਡਨ ਗਿਆ ਹੈ ਨਾ ਅਮਰੀਕਾ ਗਿਆ ਉਹਨਾਂ ਅਮਰੀਕਾ ਦਾ ਕਰਜੀ ਕਿਵੇਂ ਰਿਹਾ ਹੈ ਕਰ ਕੀ ਰਿਹਾ ਉੱਥੇ ਉਹ ਦੱਸ ਵੀ ਨਹੀਂ ਸਕਦਾ ਕਿ ਮੈਂ ਇੰਨਾ ਕੁਝ ਅੱਛਾ ਫਿਰ ਪੈਸਾ ਵੀ ਇਧਰੋਂ ਕਿਧਰੋਂ ਕੋਈ ਖੇਤ ਖਲੀਆਨ ਇਧਰ ਰੱਖ ਉਧਰ ਰੱਖ ਲੱਖਾਂ ਰੁਪਏ ਖਰਚ ਕਰ ਦਿੱਤਾ ਉਧਰ ਪਹੁੰਚ ਗਿਆ ਹੁਣ ਆਏ ਵੀ ਕਿਵੇਂ ਪਰ ਇੰਨੇ ਵੱਡੇ ਵੱਡੇ ਬਾਗ ਜਿਹੜੇ ਸਬਜ ਬਾਗ ਦਿਖਾ ਕੇ ਚਲੇ ਗਏ ਤੇ ਉਸ ਕਾਰਨ ਨਾ ਅਗਿਆਨ ਜਿਹੜੀ ਹੈ ਉਹਦੇ ਕਹਿੰਦੇ ਆ ਤੇ ਕਦੀ ਨਹੀਂ ਲੱਗਿਆ ਵੀ ਜਾਂ ਪੈਸਾ ਵੀ ਕਾ ਜਾਂਦਾ ਤੇ ਡਿਸਟਰਬੈਂਸ ਆ ਗਈ ਤੇ ਗਿਆਨ ਜਿਹੜਾ ਮਿਲੇ ਕਿ ਬਾਹਰ ਦੀ ਰੀਅਲ ਪਿਕਚਰ ਕੀ ਹੈ ਤੇ ਹਿੰਦੁਸਤਾਨ ਦੇ ਅੰਦਰ ਅਜ ਕੋਈ ਕਮੀ ਨਹੀਂ ਹੈ ਇੱਕ ਮਾਸਟਰ ਜੀ ਤੁਸੀਂ ਨਾ ਬਾਰ-ਬਾਰ ਗਿਆਨ ਅੱਖਰ ਵਰਤ ਰਹੇ ਹੋ ਇਨੂੰ ਤੁਸੀਂ ਕਿਦਾਂ ਡਿਫਾਈਨ ਕਰੋਗੇ ਕਿ ਉਹ ਕਿਹੜਾ ਗਿਆਨ ਆ ਜਿਹੜਾ ਸਾਡੇ ਤਣਾਅ ਨੂੰ ਪੂਰੇ ਤਰ੍ਹਾਂ ਖਤਮ ਕਰ ਦੇ 100% ਹੈ ਗਾਰੰਟੀਡ ਹਮ ਆਪਣੇ ਇੱਕ ਮੋਬਾਈਲ ਤੁਸੀਂ ਲੈਂਦੇ ਹੋ ਹਮ ਪੁੱਛਦੇ ਹੋ ਨਾ ਕਿੰਨੇ ਦਾ ਕਹਿੰਦੇ 5000 ਦਾ ਜੀ ਦੂਜਾ ਮੋਬਾਈਲ ਪਿਆ ਉੱਥੇ ਆਈਫੋਨ ਇਹ ਕਿੰਨੇ ਦਾ 1.5 ਲੱਖ 1.5 ਲੱਖ ਦਾ ਮੋਬਾਈਲ ਤੁਸੀਂ ਉਸ ਮੋਬਾਈਲ ਨੂੰ 1.5 ਲੱਖ ਵਾਲੇ ਨੂੰ ਕਿਉਂ ਕਿਉਂ ਭਈ 1.5 ਲੱਖ ਦਾ ਲਿਆ ਮੈਂ ਉਹਨਾਂ ਨੂੰ ਕੀ ਦੇਖਦੇ ਹੋ ਕੁਆਲਿਟੀ ਜੁਨਾ ਕੀ ਕੀ ਫੰਕਸ਼ਨਸ ਨੇ ਇਹ ਇਨਸਟਰੂਮੈਂਟ ਇਹ ਮਰ ਜਾਂਦਾ ਜਦੋਂ ਇਹਦੀ ਕੀਮਤ ਕਿੰਨੀ ਹੁੰਦੀ ਹੈ ਜ਼ੀਰੋ ਮਾਈਨਸ ਚੁੱਕਣ ਦੇ ਪੈਸੇ ਲੱਗਣਗੇ ਜਲਾਣ ਦੇ ਪੈਸੇ ਲੱਗਣਗੇ ਇਹਦਾ ਪੈਕੇਜ ਵੈਸੇ ਕਿੰਨਾ ਹੈ 10 ਲੱਖ 50 ਲੱਖ 5 ਕਰੋੜ ਕਮਾਣਾ ਇਹ ਹੈ ਔਰ ਮੌਤ ਆ ਜਾਏ ਸਾਰੀ ਦੌਲਤ ਨਹੀਂ ਦੁਨੀਆ ਦੀ ਸਾਰੀ ਦੌਲਤ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਦੇ ਦੋ 1 ਮਿੰਟ ਮਿਲਦਾ ਹੈ ਵਾਪਸੀ ਜਿੰਦਗੀ ਦਾ ਕਿੰਨਾ ਮੁੱਲ ਹੈ ਜੀਵਨ ਹੈ ਗੁਰੂ ਸਾਹਿਬ ਕਹਿੰਦਾ ਮੁੱਲ ਨਹੀਂ ਹੈ ਅਮੁੱਲ ਹੈ ਇਹਦਾ ਮੋਲ ਨਹੀਂ ਹੈ ਭਾਈ ਜੀ ਤੇ ਇਸ ਇੰਸਟਰੂਮੈਂਟ ਦਾ ਗਿਆਨ ਹੈ ਹਮਮ ਐ ਗਿਆਨ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਗਿਆਨ ਹੈ ਗੀਤਾ ਗਿਆਨ ਹੈ ਧੰਪਦ ਗਿਆਨ ਹੈ ਜਿੱਤੇ ਵੀ ਹੋ ਗਿਆਨ ਉਪਨਿਸ਼ਦ ਜਦੋਂ ਇਨਸਟਰੂਮੈਂਟ ਬੰਦਾ ਉਹਦਾ ਬਰੋਸ਼ਰ ਨਾਲ ਹੁੰਦਾ ਐਂਦਾ ਬਰੋਸ਼ਰ ਆਇਆ ਸੀਗਾ ਉਹ ਬਰੋਸ਼ਰ ਨੂੰ ਵਿਆਖਿਆਨ ਕੀਤਾ ਬਾਰ-ਬਾਰ ਗੁਰੂ ਸਾਹਿਬ ਆਏ ਪੰਜ ਸੌ ਬੀ ਕੀ ਵਿਆਖਿਆਨ ਦਸਾਂ ਗੁਰੂਆਂ ਨੇ ਕੀਤਾ ਵਿਆਖਿਆਨ ਤੇ ਭਾਈ ਇਹਨਾਂ ਤੇ ਗਿਆਨ ਲੈ ਲਓ ਦੁਖੀ ਹੋਈ ਜਾ ਰਹੇ ਹੋ ਸਿਰ ਦੇ ਵਾਲ ਤੋਂ ਪਾਉਂ ਦੇ ਨਖੂਨ ਤੱਕ ਤੇਰਾ ਕੁਝ ਵੀ ਨਹੀਂ ਹੈ ਦਿਮਾਗ ਵੀ ਨਹੀਂ ਹੈ ਕਿ ਮੈਂ ਲੰਡਨ ਤੋਂ ਮਗਾਇਆ ਮੈਂ ਨਿਯਾਇਤ ਤੋਂ ਮਗਾਇਆ ਦਿਮਾਗ ਸਭ ਕੁਝ ਰੱਬ ਨੇ ਦਿੱਤਾ ਹੈਗਾ ਤੇ ਇਹਦਾ ਗਿਆਨ ਤੇ ਲੈ ਲੈ ਉਹ ਤੇ ਗਿਆਨ ਹੋ ਗਿਆ ਤੇ ਪਤਾ ਲੱਗੇ ਕਿਸਮਤ ਕੀ ਹੁੰਦੀ ਹੈ ਭਾਗਿਆ ਨਸੀਬ ਤੇ ਪਤਾ ਲੱਗੇਗਾ ਪਿਛਲਾ ਮਨੁੱਖ ਜਨਮ ਜਿਹੜਾ ਸੀਗਾ ਉਹਦੇ ਅੰਦਰ ਕੋਈ ਅਟੈਚਮੈਂਟ ਟੂ ਡਿਜ਼ਾਇਰ ਇੱਛਾ ਜਿਹੜੀ ਦੀ ਉਹਨੇ ਅਸਕਤੀ ਰੱਖੀ ਸੀ ਕਿ ਮੈਂ ਕੈਨੇਡਾ ਜਾਣਾ ਕੈਨੇਡਾ ਨਹੀਂ ਜਾ ਪਾਇਆ ਅਗਲੀ ਜਨਮ ਵੀ ਕੈਨੇਡਾ ਜਾਣਾ ਹੈ ਕੋਲ ਕਿਆ ਗਿਆ ਤੇ ਸਤੋਰ ਹੋ ਗਿਆ ਜਿਹੜਾ ਕਰਮ ਸਦਰਾ ਕੀਤਾ ਸੰਚਿਤ ਕਰਮ ਕਲੈਕਟਿਵ ਕਰਮ ਤੇ ਜਦੋਂ ਕਿਹਾ ਤੇ ਪਤਾ ਲੱਗ ਜਾਏਗਾ ਫਿਰ ਹੁਕਮ ਰਜਾਈ ਚਲਣਾ ਹੁਕਮ ਦੇ ਅੰਦਰ ਸਭ ਹੁਕਮ ਦੇ ਬਾਹਰ ਨਾ ਕੋ ਹੁਕਮ ਰਜਾਈ ਚਲਣਾ ਲਿਖਿਆ ਤੇ ਹੋਇਆ ਰਜਾ ਵਿੱਚ ਆ ਜਾਓ ਕਿਉਂ ਉਹ ਹੀ ਮਿਲੇ ਜਿਹ ਤੁਸੀਂ ਚਾਹੁੰਦੇ ਸੀ ਤੇ ਇਹ ਗਿਆਨ ਜਿਹੜਾ ਹੈ ਅਧਿਆਤਮਿਕ ਧਰਮ ਗਿਆਨ ਅਧਿਆਤਮਿਕ ਗਿਆਨੀ ਜੀ ਗ੍ਰੰਥ ਸਾਹਿਬ ਦਾ ਗਿਆਨ ਜਦੋਂ ਤੁਸੀਂ ਉਹਨੂੰ ਸਮਝੋਗੇ ਸਭ ਕੁਝ ਲਿਖਿਆ ਹੈ ਤੇ ਗੁਰੂ ਸਾਹਿਬ ਨੂੰ ਦੇਖੋ ਉਹਨਾਂ ਨੇ ਗਿਆਨ ਦਿੱਤਾ ਸਾਰਿਆਂ ਨੇ ਜਿਹੜਾ ਜਾਣਦੇ ਕਿ ਗੁਰੂ ਨਾਨਕ ਦੇਵ ਕਿੰਨਾ ਚਲੇ ਘਰ-ਘਰ ਬੈਠ ਸਕਦੇ ਸੀ ਸੁਲਤਾਨਪੁਰ ਲੋਧੀ ਬੱਚਿਆਂ ਨਾਲ ਉਹ ਵੀ ਕੁਝ ਸਾਰੀ ਦੁਨੀਆ ਨੂੰ ਸਮਝਾਏ ਜਾ ਰਹੇ ਸਮਝਾਇਆ ਹੀ ਨਾ ਸੁਣੀਏ 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 ਤੇ ਕਿਉਂ ਸੁਣਾ ਰਹੇ ਕਿਉਂ ਦੁਖੀ ਹੋ ਪਾਈ ਉਈਓ ਦੁਖੀਆ ਸਕਲ ਸੰਸਾਰ ਉਈਓ ਸੁਖੀਆ ਜਿੰਦਾ ਨਾਮ ਹੈ ਦਾ ਨਾਮ ਕੀ ਸਤਨਾਮ ੴ ਸਤ ਸਤ ਕੀ ਹੈ ਰੱਬ ਹੈ ਤੇਰਾ ਮਾਲਿਕ ਐ ਸ਼ਰੀਰ ਦਾ ਮਾਲਿਕ ਜਿਹੜਾ ਹੈ ਉਹਨੂੰ ਨਰਾਜ਼ ਨਾ ਕਰ ਇੱਥੇ ਤੱਕ ਦੇਖੋ ਬੱਚੇ ਸੁਸਾਈਡ ਸੋਚਦੇ ਨੇ ਤੇ ਐ ਸ਼ਰੀਰ ਇਸ ਤਰ੍ਹਾਂ ਇਨਸਟਰੂਮੈਂਟ ਹੈ ਤੁਸੀਂ ਸੁੱਟਦੇ ਤੁਸੀਂ ਖਰੀਦ ਕੇ ਲਿਆਇਓ ਇਹ ਤੇ ਰੱਬ ਨੇ ਬਣਾਇਆ ਨਾ ਅਮੁੱਲੇ ਹੈ ਬਿਲਕੁਲ ਇਹਨੂੰ ਮਾਰ ਗਿਆ ਤੇ ਨਾ ਕੁਰਸੀ ਮਿਲ ਜਾਏਗੀ ਕਿ ਮੈਨੂੰ ਨੌਕਰੀ ਮਿਲ ਜਾਏਗੀ ਮੈਨੂੰ ਵੀਜ਼ਾ ਲੱਗ ਜਾਏਗਾ ਮੈਨੂੰ ਮੇਰੀ ਸ਼ਾਦੀ ਹੋ ਜਾਏਗੀ ਇਹਦੇ ਨਾਲ ਇਹ ਤੇ ਹੁੰਦਾ ਹੀ ਨਹੀਂ ਗੁਰੂ ਸਾਹਿਬ ਕੇ 84 ਲੱਖ ਮਰਦੇ ਕੁੱਤਾ ਬਣ ਕੇ ਖੜੇ ਹੋ ਜਾਓਗੇ ਘਰ ਦੇ ਬਾਹਰ ਫਿਰ 84 ਲੱਖ ਵੀ ਜਾਵਾਂਗੇ ਤੇ ਅਸੀਂ ਸ਼ਰੀਰ ਨੂੰ ਕਿਉਂ ਮਾਰ ਰਹੇ ਆ ਤੇ ਇਹ ਗਿਆਨ ਗੁਰੂ ਸਾਹਿਬ ਦਾ ਗਿਆਨ ਇਹ ਗਿਆਨ ਜਿਹੜਾ ਹੈ ਅਧਿਆਤਮਿਕ ਜਿਹੜਾ ਗ੍ਰੰਥਾਂ ਦੇ ਅੰਦਰ ਲਿਖਿਆ ਹੋਇਆ ਸਭ ਕੁਝ ਤੇ ਜੀਵਨ ਮੌਜੂਦ ਆ ਜਾਏਗਾ ਮਸਤ ਹੋ ਜਾਏਗਾ ਹਜ਼ਾਰਾਂ ਤੇ ਐਕਸਪੈਰੀਮੈਂਟ ਕਰ ਲਿਆ ਸਭ ਮौज ਵਿੱਚ ਆ ਗਿਆ ਕੀ ਮਿਲੇ ਗਿਆਨ ਜੀ ਆਪਣੇ ਕੋਲ ਹੁਣ 2 ਮਿੰਟ ਨੇ ਪਰ ਇੱਕ ਜਾਂਦੇ ਜਾਂਦੇ ਮੈਂ ਬਹੁਤ ਜ਼ਰੂਰੀ ਗੱਲ ਕਰਨਾ ਚਾਹੁੰਦੀ ਆ ਅਸੀਂ ਤੁਸੀਂ ਗੱਲ ਕੀਤੀ ਅਸੀਂ ਦਿਲ ਨਹੀਂ ਫਰੋੜਦੇ ਕਿੰਨੀ ਵਾਰੀ ਆਪਾਂ ਇਹ ਗੱਲ ਕੀਤੀ ਆ ਮੇਰੇ ਦਿਲ ਚ ਵੀ ਗੱਲ ਆ ਰਹੀ ਸੀ ਅੱਜ ਕੱਲ ਸੱਭੇ ਕੋ ਨੂੰ ਕਿਹਾ ਜਾਂਦਾ ਜਿਹੜਾ ਚੁੱਪ ਕਰਕੇ ਇਦਾਂ ਬੈ ਕੇ ਸਿਰਫ ਇਦਾਂ ਇਦਾਂ ਸਿਰ ਹਿਲਾਉਂਦਾ ਜ਼ਿਆਦਾ ਬੋਲਣ ਵਾਲੇ ਨੂੰ ਕਹਿੰਦੇ ਤਾਂ ਬੋਲੀ ਜਾਂਦਾ ਇਹ ਨੂੰ ਇਹ ਵੀ ਨਹੀਂ ਪਤਾ ਲੱਗਦਾ ਅਸੀਂ ਘਰਦਿਆਂ ਨਾਲ ਵੀ ਨਹੀਂ ਗੱਲ ਖੋਲ ਕੇ ਕਰ ਰਹੇ ਦਿਲ ਦੀ ਜਿੱਥੋਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਖੀਰ ਦੇ ਉੱਤੇ ਇਹ ਗੱਲ ਮੈਂ ਦੁਬਾਰਾ ਕਰਨੀ ਚਾਹੁੰਦੀ ਆ ਦਿਲ ਦੀ ਗੱਲ ਨੂੰ ਫਰੋਲਣਾ ਕਿਸੇ ਨਾਲ ਕਰਨਾ ਦੂਸਰੇ ਦੀ ਗੱਲ ਦੀ ਅਹਿਮੀਅਤ ਸਮਝਣਾ ਵੀ ਕਿੰਨਾ ਜ਼ਰੂਰੀ ਆ ਤਣਾ ਨੂੰ ਖਤਮ ਕਰਨ ਲਈ ਕਿਉਂਕਿ ਅਸੀਂ ਬਿਜ਼ੀ ਤਾਂ ਸਾਰੇ ਆ ਪਰ ਫਿਰ ਵੀ ਇੱਕ ਦੂਸਰੇ ਲਈ ਵਕਤ ਨਹੀਂ ਉਹੀ ਗੱਲ ਹੈ ਸਮਝਣਾ ਮੁਸ਼ਕਿਲ ਹੋ ਗਿਆ ਇੱਕ ਦੋ ਜਣ ਨੂੰ ਅੱਜ ਅੱਜ ਦੇ ਅਗਰ 40 ਸਾਲ 30 ਸਾਲ ਪਹਿਲੇ ਦੇਖੀਏ ਘਰੋਂ ਅਗਰ ਕੋਈ ਬੈਣ ਅਗਰ ਨਿਕਲਦੀ ਸੀ ਤੇ ਕੱਲ ਨਹੀਂ ਜਾਣਾ ਨਾਲ ਜਾਣਾ ਅੱਜ ਅਸੀਂ ਸਾਰੇ ਭੇਜ ਦਿੰਦੇ ਆ ਅਮਰੀਕਾ ਪੜਨ ਜਾਓ ਆਪਸ ਹੀ ਰਹਿ ਰਹੇ ਨੇ ਇਕੱਠੇ ਰਹੇ ਨੇ ਚੇਂਜ ਹੋ ਗਿਆ ਨਾ ਸਮਾਜ ਬਦਲਾਵ ਆ ਗਿਆ ਨਾ ਤੇ ਉਹ ਬਦਲਾਵ ਨੂੰ ਐਕਸੈਪਟ ਕਰਨਾ ਹੈ ਪੇਰੈਂਟਸ ਨੂੰ ਵੀ ਜਦੋਂ ਤੁਸੀਂ ਸਭ ਦੇਖ ਰਹੇ ਹੋ ਵਿਕਾਸ ਦੇ ਅੰਦਰ ਭੇਜਿਆ ਤੇ ਅਸਲੀ ਜਿਹੜੀ ਆਪਸ ਦੇ ਅੰਦਰ ਨਾ ਮੈਚ ਨਹੀਂ ਹੋ ਪਾਦੀ ਫ੍ਰੀਕੁਐਂਸੀ ਪੇਰਿਆਂ ਨੂੰ ਸਮਝਣਾ ਹੈ ਬੱਚਿਆਂ ਨੂੰ ਵੀ ਫਿਰ ਦੇਖਣਾ ਹੈ ਬੱਚੇ ਵੀ ਜਿਹੜੇ ਫਿਰ ਉਹਨਾਂ ਦਾ ਤੇ ਮੋਬਾਈਲ ਕੰਪਿਊਟਰ ਜਿਹੜੀ ਚੀਜ਼ ਹੈ ਕਹਿੰਦੇ ਮੋਬਾਈਲ ਉਹਨਾਂ ਦਾ ਥੋੜਾ ਸਪੇਸ ਟਾਈਮ ਜਿਹੜਾ ਉਹਨਾਂ ਨੂੰ ਸਮਝਣਾ ਆ ਗਿਆ ਤੇ ਉਹ ਕਿਦਾਂ ਹੈਗਾ ਕਰਨਾ ਉਹਨੇ ਖੁਦ ਨੂੰ ਸਮਝਣਾ ਹੈ ਤੇ ਆਪਸ ਵਿੱਚ ਫ੍ਰੀਕਵੈਂਸੀ ਮੈਚ ਹੋ ਗਈ ਨਹੀਂ ਤਾਂ ਕਿ ਇਹ ਪੇਰੈਂਟਸ ਆਪਣਾ ਕਹਿੰਨੇ ਕਿ ਨਹੀਂ ਐਦਾਂ ਤੇ ਉਹ ਕਹਿੰਦਾ ਨਹੀਂ ਐਦਾਂ ਤੇ ਉਹ ਅੰਦਰ ਹੀ ਅੰਦਰ ਪਿਆਰ ਲਈ ਫਿਰ ਬਾਹਰ ਜਾਂਦਾ ਹੈ ਰਿਲੇਸ਼ਨਸ਼ਿਪ ਕਰਦਾ ਹੈ ਰਿਲੇਸ਼ਨਸ਼ਿਪ ਬ੍ਰੇਕ ਹੁੰਦੀ ਹੈ ਫਿਰ ਡਿਸਟਰਬ ਹੋ ਜਾਂਦਾ ਹੈ ਫਿਰ ਉਹੀੋ ਗੱਲ ਹੈ ਲੈ ਭਾਈ ਡਰਿੰਕ ਫਿਰ ਡਰੱਗਸ ਐ ਇਹ ਹੈ بڑا ਹੋ ਗਿਆ ਕਿ ਐਕਸੈਪਟੈਂਸ ਪਾਵਰ ਗਿਰਦੀ ਜਾ ਰਹੀ ਹੈ ਤੇ ਬੱਚਿਆਂ ਦੇ ਅੰਦਰ ਪਰਿਵਾਰ ਦੇ ਅੰਦਰ ਆਪਸ ਦੇ ਅੰਦਰ ਫ੍ਰੀਕਵੈਂਸੀ ਮੈਚ ਹੀ ਨਹੀਂ ਹੋ ਰਹੀ ਹੈ ਕਾਰਨ ਕਿ ਹਰ ਕੋਈ ਆਪਣੀ ਮੈ ਵਿੱਚ ਗੁਰੂ ਸਾਹਿਬ ਨੇ ਹੋਮੇ ਫਿਰ ਇਹ ਗੱਲ ਆ ਗਈ ਗਿਆਨ ਹੋਮੇ ਹੋਮੇ ਨਹੀਂ ਕਰਨੀ ਹੈ ਕੁਝ ਨਹੀਂ ਹੈ ਤੇਰਾ ਸਭ ਰੱਬ ਦਾ ਦਿੱਤਾ ਆਇਆ ਸਭ ਖੇਲ ਹੈ ਬਾਹਰ ਗੇਮ ਚੱਲ ਰਹੀ ਹੈ ਰੋਲ ਅਦਾ ਕਰਨਾ ਹੈ ਰੋਲ ਹੁੰਦਾ ਨਾ ਕੈਮਰੇ ਦੇ ਅੱਗੇ ਰੋਲ ਕਰਦਾ ਹੈ ਕੋਈ ਜੀ ਬਈ ਸ਼ਾਹਰੂਖ ਖਾਨ ਕੋਈ ਕਿਸੇ ਦਾ ਪਤੀ ਨਹੀਂ ਬਣਿਆ ਕ੍ਰਿਸ਼ਮਾ ਕਪੂਰ ਦਾ ਉਹਨਾਂ ਨੂੰ ਪਤਾ ਰੋਲ ਹੈ ਇਹ ਰੋਲ ਮਿਲਿਆ ਭਾਈ ਆਪਣੀ ਇੱਛਾਵਾਂ ਦਾ ਰੋਲ ਕਰੋ ਆਪਣੇ ਘਰ ਚਲੋ ਸੱਚਖੰਡ ਜਿੱਤੇ ਗੁਰੂ ਸਾਹਿਬ ਇੰਤਜ਼ਾਰ ਕਰ ਰਹੇ ਨੇ ਤੇ ਆਪਸ ਦੇ ਅੰਦਰ ਖੁਸ਼ ਰਹਿਣਾ ਵੀ ਜ਼ਰੂਰੀ ਹੈ ਹਾਂ ਖੁਸ਼ ਰਹਿਣਾ ਹੈ ਉਸ ਦਾ ਤਾਂ ਇੱਕ ਦੂਜੇ ਨੂੰ ਸਮਝਾਂਗੇ ਨਹੀਂ ਸਮਾਜ ਬਦਲ ਗਿਆ ਹੈ ਸਾਨੂੰ ਦੇਖਣਾ ਹੈ ਕਿ ਜੀਵਨ ਦੇ ਅੰਦਰ ਕਿਵੇਂ ਅੱਗੇ ਵਧਣਾ ਹੈ ਜੀ ਬਿਲਕੁਲ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਤਨਾਅ ਕਾਰਨ ਤੇ ਨਿਵਾਰਨ ਦੇ ਉੱਪਰ ਆਪਾਂ ਗੱਲਬਾਤ ਕੀਤੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮਾਸਟਰ ਜੀ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਚੋਂਣ ਦੇ ਲਈ ਧੰਨਵਾਦ ਤੁਹਾਡਾ ਦਰਸ਼ਕੋ ਤੁਹਾਡਾ ਵੀ ਧੰਨਵਾਦ ਜੀ ਗੱਲਾਂ ਤੇ ਗੀਤ ਪ੍ਰੋਗਰਾਮ ਇੱਥੇ ਖਤਮ ਹੋ ਰਿਹਾ